ਅੱਜ ਕੱਲ ਕਨਵੈਂਟਾਂ 'ਚ ਪੜ੍ਹਾਉਂਦੇ ਨੇ ਮਾਪੇ, ਉਹ ਕਹਿੰਦੇ ਨੇ ਕਿ ਤਾਂ ਗਵਾਰਾਂ ਵਾਲੀ ਭਾਸ਼ਾ ਹੋ ਗਈ ਹੈ। ਠੀਕ ਹੈ ਨਾ, ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਹੇਠਾਂ ਸਿੱਟ ਲਿਆ ਅਤੇ ਉੱਠੋ ਵੀ ਨਹੀਂ ਪੜ੍ਹਨਗੇ ਕਿ ਅੰਗਰੇਜ਼ੀ ਹੀ ਬਹੁਤ ਉੱਚੀ ਬੋਲੀ ਹੈ ਦੁਨੀਆ ਦੇ ਵਿੱਚ। ਜਿਹੜੇ ਟੌਪ ਦੇ ਉੱਤੇ ਕੰਟਰੀ ਬੈਠੇ ਨੇ ਸੁਪਰ ਪਾਵਰਾਂ, ਰਸ਼ੀਅਨ ਦੇ ਵਿੱਚ ਰਸ਼ੀਆ 'ਚ ਸਾਰਾ ਜਿਹੜਾ ਕੰਮ ਹੈ ਉਹਨਾਂ ਦੀ ਆਪਦੀ ਬੋਲੀ, ਚਾਈਨਾ ਦੇ ਵਿੱਚ ਉਸ ਨੂੰ ਲੱਭਦੇ ਨਹੀਂ ਸੀ ਅੰਗਰੇਜ਼ੀ ਵਾਲੇ, ਕਿੰਨੀ ਛੇਤੀ ਉਹਨੇ ਗਰੋ ਕੀਤਾ ਕੰਟਰੀ ਨੇ। ਫਰਾਂਸ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਕੋਈ ਬੋਲਣ ਵਾਲਾ ਦਿਸਿਆ ਆਉਂਦਾ ਅੰਗਰੇਜ਼ੀ, ਜਰਮਨ ਨਹੀਂ ਬੋਲਦਾ, ਇਟਲੀ ਨਹੀਂ ਬੋਲਦਾ। ਯਾਰ ਦੁਨੀਆ ਦੀ ਐਡੀ ਐਡੀਆਂ ਤਾਕਤਾਂ ਅੰਗਰੇਜ਼ੀ ਦੀ ਬੋਲਦੀ ਹੈ ਅਤੇ ਸਾਨੂੰ ਪਤਾ ਨਹੀਂ ਕਿਉਂ ਬੁਖਾਰ ਵਾਂਗੂ ਚੜ੍ਹ ਗਿਆ ਵੀ ਬਸ ਜੇ ਅੰਗਰੇਜ਼ੀ ਆਊ ਤਾਂ ਸਾਨੂੰ ਅਕਲ ਆਊ, ਨਹੀਂ ਤਾਂ ਆਉਂਦੀ ਨਹੀਂ। ਮੈਨੂੰ ਗੋਦ ਮਾਂ ਬੋਲੀ ਪੰਜਾਬੀ ਨੇ ਲਿਆ ਅਤੇ ਡਰਾਇੰਗ ਨੇ ਲਿਆ, ਡਰਾਇੰਗ ਬਹੁਤ ਖੂਬਸੂਰਤ। ਤੁਸੀਂ ਅਕਸਰ ਕਹਿੰਦੇ ਹੋ ਕਿ ਮੈਂ 10ਵੀਂ ਪਾਸ ਹਾਂ, ਹਾਂਜੀ, ਤੇ ਪਰ ਮੈਂ ਐਡੀ ਇੰਡਸਟਰੀ ਵੀ ਚਲਾਉਣਾ ਹੈ ਤੇ ਬੱਚਿਆਂ ਨੂੰ ਐਜੂਕੇਸ਼ਨ ਵੀ ਦਿੰਦਾ ਹੈ ਜੀ, ਤੇ ਉਹ ਵੀ ਪੰਜਾਬੀ 'ਚ। ਪੰਜਾਬੀ ਬੋਲੀ ਉਹ ਹੈ ਜਿਹਨੂੰ ਕਦੇ ਸਿੱਖਣ ਦੀ ਲੋੜ ਨਹੀਂ ਪੈਂਦੀ, ਆਪਦੇ ਆਪ ਆਉਂਦੀ ਹੈ। ਇਹ ਕਰੰਟ ਕਿਵੇਂ ਪੈਦਾ ਹੁੰਦਾ ਹੈਗਾ ਕਿ ਇਸ ਇੰਡਸਟਰੀ ਤੱਕ ਪਹੁੰਚ ਜਾਂਦੇ ਹੋ? ਮੈਂ ਥੋੜ੍ਹਾ ਜਿਹਾ ਅੰਤਰਮੁਖੀ ਸੀ ਆਪਦੇ ਮਤਲਬ ਮਤੇ ਦੇ ਵਿੱਚ ਹੀ ਰਹਿਣਾ ਸਾਰਾ ਦਿਨ। ਇਹ ਗੱਲ ਵੀ ਛੋਟਾ ਹੁੰਦਾ ਮੇਰਾ ਵਿਗਿਆਨ ਵੱਲ ਲੋੜ ਤੋਂ ਵੱਧ ਧਿਆਨ ਸੀ। ਮਾਪੇ ਪਸੰਦ ਕਰਦੇ ਸੀ ਇਸ ਗੱਲ? ਮਾਪੇ ਵੀ ਨਹੀਂ ਜੇ ਪਸੰਦ ਕਰਦੇ, ਕੁਛ ਜੋ ਰੁਤਬਾ ਸੀਗਾ ਪਿਤਾ ਦਾ ਉਹਦੇ ਮੁਤਾਬਕ ਇਹ ਕੰਮ ਨਹੀਂ ਸੀ ਘਰਾਂ, ਲੋਕਾਂ ਦੇ ਘਰਾਂ 'ਚ ਕੰਮ ਕਰਨਾ, ਫਿਟਿੰਗ ਕਰਨਾ, ਉਹਨਾਂ ਨੂੰ ਅੱਛਾ ਨਹੀਂ ਸੀ ਲੱਗਦਾ ਕੰਮ। ਉਹਨਾਂ ਦੇ ਦਿਮਾਗ ਦੇ ਵਿੱਚ ਬੱਚਿਆਂ ਨੇ ਇੱਕ ਫੋਬੀਆ ਹੋ ਜਾਂਦਾ ਵੀ ਅਸੀਂ ਇੰਜੀਨੀਅਰ ਬਣ ਗਏ, ਅਸਲ 'ਚ ਉਹ ਹੈ ਨਹੀਂ, ਸਿਰਫ ਡਿਗਰੀ ਆ ਕੋਲੇ, ਉਹ ਤਾਂ ਹਵਾ ਝੱਲ ਮਾਰਨ। ਕੁਛ ਬੱਚੇ ਕਹਿੰਦੇ ਨੇ ਆਉਂਦੇ ਨੇ ਮੇਰੇ ਕੋਲੇ, ਸਾਨੂੰ ਜੀ ਪ੍ਰੈਕਟੀਕਲ ਨਹੀਂ ਕਰਾਇਆ ਕਿਸੇ ਨੇ ਅਤੇ ਥਿਊਰੀ ਆਉਂਦੀ ਹੈ, ਥਿਊਰੀ ਦੇ ਵੀ ਦੋ ਸਵਾਲ ਪੁੱਛ ਲੈਣ ਵੀ ਨਾ ਇਹ ਵੀ ਨਹੀਂ ਆਉਂਦੇ, ਫਿਰ ਪਤਾ ਲੱਗ ਜਾਂਦਾ ਵੀ ਅਸਲ 'ਚ ਕੁਛ ਵੀ ਨਹੀਂ ਹੈ, ਨਾ ਉਹ ਥਿਊਰੀ ਪੱਖੋਂ ਉਹਨਾਂ ਦੇ ਹੱਥ 'ਚ ਕੁਛ ਹੈ ਅਤੇ ਨਾ ਹੀ ਪ੍ਰੈਕਟੀਕਲ। ਇਲੈਕਟ੍ਰੀਕਲ ਦੀਆਂ ਕਿਤਾਬਾਂ 1960 ਦੇ ਆਸ ਪਾਸ ਸਿਸਟਮ ਨੂੰ ਫੋਲੋ ਕਰ ਰਹੀਆਂ ਨੇ, ਜੋ ਉਸ ਟਾਈਮ 'ਚ ਮੌਜੂਦ ਸੀ ਉਹ ਕਿਤਾਬਾਂ 'ਚ ਹੈਗਾ, ਕਿਤਾਬਾਂ ਦੀਆਂ ਅਪਡੇਟ ਹੋਈਆਂ, ਪ੍ਰੋਫੈਸਰ ਦੀ ਅਪਡੇਟ ਹੋਈ, ਮਸ਼ੀਨਰੀ ਦੀ ਅਪਡੇਟ ਹੋਈ, ਫਿਰ ਤੁਸੀਂ ਕਿਸ ਚੀਜ਼ ਦੀ ਆਸ ਰੱਖ ਸਕਦੇ? ਉਸੇ ਮਸ਼ੀਨਰੀ ਤੇ ਪੜ੍ਹਾਇਆ ਜਾ ਰਿਹਾ, ਅੱਜ ਵੀ ਉਸੇ ਤੇ ਪੜ੍ਹਾਇਆ ਜਾ ਰਿਹਾ। ਕਿਸੇ ਵੀ ਕਾਲਜ 'ਚ ਜਾਂ ITI ਜਿੱਥੇ ਵੀ ਤੁਸੀਂ ਜਾਓ ਤੁਹਾਨੂੰ ਉਹੀ ਮੋਟਰਾਂ, ਉਹ ਪੁਰਾਣੇ ਬਾਬਾ ਆਦਮ ਵੇਲੇ ਦੀਆਂ ਉਹੀ ਜਨਰੇਟਰ, ਜਾਣੀ ਕਿ ਉਹਨਾਂ ਦੀ ਕਦੇ ਕਿਤੇ ਸਾਨੂੰ ਵੀ ਸਮਝ ਨਹੀਂ ਹੈ, ਮੈਨੂੰ 43 ਸਾਲ ਤਾਂ ਮੈਨੂੰ ਕੰਮ ਕਰਦੇ ਹੋਗੇ। ਇਹਨਾਂ ਨੂੰ ਸਿਖਾਇਆ ਜਾ ਰਿਹਾ ਵੀ ਗੰਡੇ ਦਾ ਲੱਕੜ ਦਾ ਪਹੀਆ ਕਿੱਦਾਂ ਬਣਾਉਣਾ, ਕੀ ਵਾਹਿਆਤ ਕੰਮ ਹੈ, ਸਾਡੀ ਪੂਰੀ ਜਨਰੇਸ਼ਨ ਨੂੰ ਬਰਬਾਦ ਕੀਤਾ ਜਾ ਰਿਹਾ। ਸਾਡੇ ਇੰਟਰੋਡਕਸ਼ਨ ਨਹੀਂ ਦਿੱਤੀ ਜਾਂਦੀ, ਉਹਦੇ 'ਤੇ ਸਮਾਂ ਹੀ ਬਰਬਾਦ ਕੀਤਾ ਜਾਂਦਾ, ਸਾਰਾ ਟਾਈਮ ਹੀ ਉਸੇ ਸਿਲੇਬਸ 'ਤੇ ਕੱਢ ਦੇਣਾ। ਤੁਸੀਂ ਕੋਈ ਰੋਸ ਯਾਰ ਕਰਦੇ ਹੋ ਤਾਂ ਕਹਿੰਦੇ ਸਾਡੀ ਸਿੱਖਿਆ ਨੀਤੀ ਆ, ਅਸੀਂ ਤਾਂ ਜਿਵੇਂ ਚਾਹਵਾਂਗੇ ਉਵੇਂ ਕਿਤਾਬਾਂ ਛਾਪਾਂਗੇ। ਸਿੱਖਿਆ ਉਹਨੇ ਅਸੀਂ ਲੇਟੈਸਟ 'ਤੇ ਹਾਂ, ਪਰ ਦਿਖਾਉਣਾ ਪੁਰਾਣਾ ਵੀ ਹੁੰਦਾ, ਕਿਉਂਕਿ ਉਹ ਸਾਡਾ ਜਾਣ ਪਹਿਚਾਣ ਕਰਾਉਣੀ, ਹਾਂ ਉਹ ਸਾਡਾ ਇਤਿਹਾਸ ਹੈ, ਅਸੀਂ ਉਹਦੇ ਵਿੱਚ ਉਹਨਾਂ ਨੂੰ ਐਕਸਪਰਟ ਨਹੀਂ ਕਰਨਾ, ਉਹਨਾਂ ਦੀਆਂ ਥਿਊਰੀਆਂ ਨਹੀਂ ਪੜ੍ਹਾਉਣੀਆਂ ਦੱਬ ਦੱਬ। ਅਸੀਂ ਤਾਂ ਇਹ ਹੈ ਵੀ ਸਾਨੂੰ ਬੱਚੇ ਨੂੰ ਛੋਟੇ ਹੁੰਦੇ ਦੋ ਫਰੰਟ ਇਕੱਠੇ ਫੜਾ ਦੇਣੇ, ਇੱਕ ਪਾਸੇ ਵਿਗਿਆਨ ਵਰਗੀ ਪੜ੍ਹਾਈ ਹੈ ਅਤੇ ਦੂਜੇ ਪਾਸੇ ਭਾਸ਼ਾ ਨਾਲ ਟੱਕਰ। ਮਾਂ ਬੋਲੀ ਹੈ ਨਹੀਂ, ਬੱਚੇ ਨੇ ਸਾਰਾ ਦਿਨ ਗੱਲਬਾਤ ਆਮ ਭਾਸ਼ਾ 'ਚ ਕਰਨੀ ਹੈ, ਫਿਰ ਉਹਨੂੰ ਸਕੂਲ 'ਚ ਸਜ਼ਾ ਕਰ ਦਿੰਦੇ ਵੀ ਜੇ ਪੰਜਾਬੀ ਬੋਲੀ ਦੇਖ ਲਈ, ਇਕੱਲੇ ਸਕੂਲ 'ਚ ਤੁਸੀਂ ਕੀ ਕਰ ਲਉਂਗੇ, ਤੁਸੀਂ ਆਲਾ ਦੁਆਲਾ ਤਾਂ ਜੋ ਭਾਸ਼ਾ ਦਾ ਉਹੀ ਰੱਖੋਗੇ ਨਾ।
ਜੋ ਕੁਛ ਅਸੀਂ ਇੱਥੋਂ ਕਮਾਈ ਕਰਦੇ ਹਾਂ ਉਹ ਇਹਨਾਂ ਬੱਚਿਆਂ 'ਤੇ ਪੈਸਾ ਲੱਗਦਾ ਤੁਰ ਜਾਂਦਾ। ਇਹਨਾਂ ਦਾ ਰੋਟੀ ਦਾ ਖਰਚਾ ਹੈ, ਰਹਿਸ਼ ਦਾ ਖਰਚਾ ਹੈ, ਕੋਈ ਦਵਾਈ ਬੂਟੀ ਦਾ ਖਰਚਾ ਹੈ। ਬਹੁਤ ਗਰੀਬ ਬੱਚੇ ਨੇ, ਕਿਸੇ ਨੂੰ ਕੋਈ ਕੱਪੜਾ ਵੀ ਚਾਹੀਦਾ, ਜੁੱਤੀ ਜੋੜਾ ਵੀ ਚਾਹੀਦਾ। SMTV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਮੈਂ ਹੈਪੀ ਭਗਤਾ। ਦਿਲਦਾਰ ਬੰਦੇ ਪ੍ਰੋਗਰਾਮ ਤੁਸੀਂ ਹਮੇਸ਼ਾ ਦੇਖਦੇ ਹੋ ਅਤੇ ਦਿਲਦਾਰ ਬੰਦੇ ਅਸੀਂ ਲੱਭ ਹੀ ਲੈਂਦੇ ਹਾਂ। ਮੂੰਹ 'ਚੋਂ ਨਿਕਲਦੀ ਭਾਫ਼ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਦਿਨ ਸਰਦੀ ਦੇ ਨੇ ਅਤੇ ਸਰਦੀ ਦੇ ਇਸ ਮੌਸਮ ਦੇ ਵਿੱਚ ਕੁਦਰਤ ਦੇ ਨਜ਼ਾਰੇ ਅਸੀਂ ਮਾਣ ਰਹੇ ਹਾਂ। ਅਕਸਰ ਤੁਸੀਂ ਦੇਖਦੇ ਹੋ ਕਿ ਜੋ ਵੀ ਮੈਂ ਇੰਟਰਵਿਊ ਕਰਦਾ ਹੁੰਦਾ ਤਾਂ ਕੁਦਰਤ ਦੇ ਬਹੁਤ ਕਰੀਬ ਰਹਿੰਦਾ ਗਾ, ਤਾਂ ਕੁਦਰਤ ਦੇ ਨਾਲ ਜੁੜਨਾ, ਕੁਦਰਤ ਨੂੰ ਸਾਂਭਣਾ, ਦਰੱਖਤਾਂ ਨੂੰ ਸਾਂਭਣਾ, ਪੰਛੀਆਂ ਨੂੰ ਸਾਂਭਣਾ ਬਹੁਤ ਲਾਜ਼ਮੀ ਹੈ ਅਤੇ ਨਾਲ ਨਾਲ ਸਾਡੀਆਂ ਨਸਲਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਸਾਂਭਣਾ ਵੀ ਬਹੁਤ ਲਾਜ਼ਮੀ ਹੈ। ਧੂਰੀ ਦੇ ਏਰੀਏ ਦੇ ਵਿੱਚ ਬੈਠੇ ਹਾਂ, ਜ਼ਿਲ੍ਹਾ ਸੰਗਰੂਰ ਪੈਂਦਾ ਅਤੇ ਕੜਕਵਾਲ ਪਿੰਡ ਪੈਂਦਾ। ਕਹਿੰਦੇ ਪੜ੍ਹਾਈਆਂ ਬਹੁਤ ਔਖੀਆਂ ਹੋ ਗਈਆਂ ਨੇ, ਕਿਸੇ ਵੀ ਸਕੂਲ ਕਾਲਜ ਜਾਂ ਇੰਜੀਨੀਅਰਿੰਗ ਕਾਲਜ ਦੇ ਵਿੱਚ ਚਲੇ ਜਾਈਏ ਤਾਂ ਜਿਹੜੀ ਐਜੂਕੇਸ਼ਨ ਮਿਲਦੀ ਹੈ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਮਿਲਦੀ ਹੈ। ਅਕਸਰ ਪਿੰਡਾਂ ਦੇ ਬੱਚੇ ਕਹਿੰਦੇ ਕਿ ਅੰਗਰੇਜ਼ੀ ਜਹਾਜ਼ ਵਾਂਗੂ ਉੱਤੋਂ ਦੀ ਲੰਘ ਜਾਂਦੀ ਹੈ, ਸਾਨੂੰ ਨਹੀਂ ਕੁਝ ਸਮਝ ਪੱਲੇ ਪੈਂਦਾ ਗਾ। ਪਰ ਜੈ ਸਿੰਘ ਕੜਕਵਾਲ ਇੱਕ ਕੱਕੜਵਾਲ ਇਹੋ ਜਿਹਾ ਕੰਮ ਕਰਦੇ ਨੇ ਕਿ ਜਿਨ੍ਹਾਂ ਨੇ ਇੱਕ ਇੰਡਸਟਰੀ ਸਥਾਪਿਤ ਕੀਤੀ ਜਿੱਥੇ ਉਹ ਬੱਚੇ ਪੜ੍ਹਨ ਆਉਂਦੇ ਨੇ, ਜਿਹੜੇ ਪੰਜਾਬੀ ਦੇ ਵਿੱਚ ਆਪਣੀ ਐਜੂਕੇਸ਼ਨ ਹਾਸਲ ਕਰਦੇ ਨੇ ਅਤੇ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਅੱਜ ਉਹਨਾਂ ਦੇ ਵਿਦਿਆਰਥੀ ਬੈਠੇ ਨੇ ਸਾਡੇ ਨਾਲ ਨੇ। ਜੈ ਸਿੰਘ, ਜੈ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਕਿਵੇਂ, ਠੀਕ ਹੋ? ਬਹੁਤ ਵਧੀਆ ਜੀ। ਤੁਹਾਡੀ ਇਸ ਥਾਂ ਦਾ ਜਿਹੜਾ ਸੀ ਜਦੋਂ ਗੇੜਾ ਕਰਿਆ ਤਾਂ ਬੜਾ ਖੂਬਸੂਰਤ ਲੱਗਿਆ ਕਿ ਕੁਦਰਤ ਵੀ ਹੈ ਤੇ ਮਸ਼ੀਨ ਵੀ ਹੈ ਤੇ ਮਸ਼ੀਨਾਂ ਦੇ ਵਿੱਚ ਉਹ ਬੱਚੇ ਜਿਹੜੇ ਫੁੱਲ ਨੇ ਉਹ ਖਿੜ ਵੀ ਰਹੇ ਨੇ ਜੀ। ਤੇ ਦੇਖੋ ਜੀ, ਕਾਰਨ ਇਹ ਹੈ ਵੀ ਮੈਂ ਇੱਕ ਗੱਲ ਮੰਨਦਾ ਹੁੰਦਾ ਵੀ ਵਿਗਿਆਨ ਨੇ ਮਨੁੱਖੀ ਜਿਹੜੀ ਜ਼ਿੰਦਗੀ ਹੈ ਉਹ ਤਾਂ ਬਹੁਤ ਸੁਖਾਲੀ ਕਰਤੀ, ਪਰ ਕੁਦਰਤ ਦਾ ਬੜਾ ਨੁਕਸਾਨ ਹੋਇਆ। ਤੇ ਇਹ ਕੁਛ ਮਤਲਬ ਦਿਲ ਦੇ ਵਿੱਚ ਸੀ, ਬਾਕੀ ਬਚਪਨ ਤੋਂ ਹੀ ਹੁੰਦਾ ਸੀਗਾ ਵੀ ਕੁਦਰਤ ਦੇ ਵਿੱਚ ਰਹਿਣਾ ਹੈ ਤੇ ਦੂਜੇ ਪਾਸੇ ਮਸ਼ੀਨਰੀ ਨਾਲ ਬਾਅਦ ਹੀ ਸਾਰਾ ਦਿਨ। ਤੇ ਫਿਰ ਇਹ ਸੋਚ ਕੇ ਅਸੀਂ ਸੋਚਿਆ ਵੀ ਹੋਰ ਤਾਂ ਹੁਣ ਸਾਨੂੰ ਕਿਤੇ ਜੰਗਲ ਨਹੀਂ ਇੱਥੇ ਆਉਣਾ, ਇੱਥੇ ਆਪਣੇ ਹੀ ਲਗਾ ਲਓ, ਆਪਣੇ ਪਿੰਡ ਹੀ ਲਾ ਲਓ, ਆਪਦੇ ਪਿੰਡ ਹੀ ਲਾ ਲਓ। ਅੱਛਾ, ਇਹ ਜਿਵੇਂ ਤੁਸੀਂ ਕਹਿੰਦੇ ਹੋ ਅਕਸਰ ਜਿਵੇਂ ਵੱਡੀਆਂ ਪੜ੍ਹਾਈਆਂ ਨੇ, ਹਾਂਜੀ, ਮੈਂ ਬਹੁਤ ਵਾਰੀ ਕਹਿੰਦਾ ਨਾ ਜਿਵੇਂ ਮੇਰੇ ਦਾਦੇ ਪੜਦਾਦੇ ਜਾਂ ਮੇਰੇ ਪਿਤਾ ਜੀ ਪੜ੍ਹੇ ਸੀ ਤੇ ਉਸ ਸਮੇਂ ਦੀ 10ਵੀਂ ਜਿਹੜੀ ਹੁੰਦੀ ਸੀ, ਹਾਂਜੀ, ਤੇ ਕਹਿੰਦੇ ਹੁੰਦੇ ਸੀ ਤੁਹਾਡੇ BA ਦੇ ਬਰਾਬਰ ਆ, ਸਾਡੀ MA ਦੇ ਬਰਾਬਰ ਆ। ਹਾਂਜੀ, ਤੁਸੀਂ ਅਕਸਰ ਕਹਿੰਦੇ ਹੋ ਕਿ ਮੈਂ 10ਵੀਂ ਪਾਸ ਹਾਂ, ਹਾਂਜੀ, ਤੇ ਪਰ ਮੈਂ ਐਡੀ ਇੰਡਸਟਰੀ ਵੀ ਚਲਾਉਣਾ ਹੈ ਤੇ ਬੱਚਿਆਂ ਨੂੰ ਐਜੂਕੇਸ਼ਨ ਵੀ ਦੇਣਾ ਹੈ ਜੀ, ਤੇ ਉਹ ਵੀ ਪੰਜਾਬੀ 'ਚ। ਬਿਲਕੁਲ, ਤੁਸੀਂ ਇਹ ਕਹਿੰਦੇ ਹੋ ਕਿ ਮੈਂ, ਮੇਰੇ ਮਾਪਿਆਂ ਨੇ ਮੈਨੂੰ ਪੈਦਾ ਕੀਤਾ ਪਰ ਮੈਂ ਉਹਨਾਂ ਦੇ ਕੋਲ ਪਲਿਆ ਨਹੀਂ ਹੈ, ਮੈਨੂੰ ਦੋ ਚੀਜ਼ਾਂ ਨੇ ਗੋਦ ਲਿਆ ਗਾ, ਇੱਕ ਪੰਜਾਬੀ ਨੇ, ਇੱਕ ਡਰਾਇੰਗ। ਜਿੱਥੋਂ ਤੱਕ ਮਾਂ ਬਾਪ ਕੋਲ ਰਹਿਣਾ, ਪਾਲਣ ਪੋਸ਼ਣ, 14-15 ਸਾਲ ਤੱਕ ਜਦੋਂ ਬੱਚਾ ਛੋਟਾ ਹੁੰਦਾ ਹੈ ਉਹ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਪਰ ਇਹ 'ਚ ਕੋਈ ਸ਼ੱਕ ਨਹੀਂ ਵੀ ਮੈਂ ਬਹੁਤ ਰਚਿਆ ਰਮਿਆ ਨਹੀਂ ਹਾਂ, ਨਾਲ ਤਾਂ ਰਿਹਾ। ਪ੍ਰੋਬਲਮ ਸੀ ਕਿ ਉਹਨਾਂ ਦੀ ਪ੍ਰੋਬਲਮ ਸੀ? ਨਹੀਂ, ਮੈਂ ਥੋੜ੍ਹਾ ਜਿਹਾ ਅੰਤਰਮੁਖੀ ਸੀ ਆਪਦੇ ਮਤਲਬ ਮਤੇ ਦੇ ਵਿੱਚ ਹੀ ਰਹਿਣਾ ਸਾਰਾ ਦਿਨ। ਇਹ ਗੱਲ ਵੀ ਛੋਟਾ ਹੁੰਦਾ ਮੇਰਾ ਵਿਗਿਆਨ ਵੱਲ ਲੋੜ ਤੋਂ ਵੱਧ ਧਿਆਨ ਸੀਗਾ, ਉਹ ਸਾਰਾ ਦਿਨ ਆਪਦੀ ਕਲਾਕਾਰੀ ਠੀਕ ਆਉਂਦੀ ਆ ਜਿਹੜੀ ਚੀਜ਼ ਘਰੇ ਆਈ ਖੋਲ ਕੇ ਦੇਖਣੀ। ਹਾਂ, ਮਤਲਬ ਕਹਿ ਲਿਆ ਜਾਵੇ ਵੀ ਪਹਿਲੀ ਜ਼ਿੰਦਗੀ ਜਿਹਦੇ ਵਿੱਚ ਬੱਚਿਆਂ ਨੂੰ ਬੜਾ ਚਾਅ ਹੁੰਦਾ ਵੀ ਮਾਸੀ ਕੋਲੇ ਜਾਈਏ, ਭੂਆ ਕੋਲੇ ਜਾਈਏ। ਮੈਂ, ਮੇਰਾ ਖਿਆਲ ਹੈ ਵੀ 25-26 ਸਾਲ ਦਾ ਹੋਇਆ ਤੇ ਉਦੋਂ ਤੱਕ ਮੈਂ ਆਪਣੀ ਭੂਆ ਤੇ ਮਾਸੀਆਂ ਦੇ ਘਰ ਵੀ ਨਹੀਂ ਸੀ ਦੇਖੇ ਕਦੇ, ਵਿਆਹ ਸ਼ਾਦੀਆਂ ਨਹੀਂ। ਪਹਿਲਾਂ ਬੱਚੇ ਅਕਸਰ ਰਹਿ ਪੈਂਦੇ ਸੀ ਜਾ ਕੇ ਨਾਨਕੇ। ਮੇਰਾ ਕੋਈ ਇੰਟਰਸਟ ਨਹੀਂ ਸੀ ਇਹਨਾਂ ਚੀਜ਼ਾਂ 'ਚ, ਬਸ ਮੇਰਾ ਆਪਦੇ ਲਾਈਨ ਵਾਲੇ ਤਾਂ ਧਿਆਨ ਇੰਨਾ ਸੀ, ਪਸ਼ੂਆਂ ਨਾਲ ਬੜਾ ਪਿਆਰ ਸੀ ਤੇ
ਤੁਹਾਡਾ ਭਲਾ ਹੋ ਜਾਏਗਾ। ਮਸ਼ੀਨਰੀ ਨਾਲ ਬਹੁਤ ਲਗਾਉ ਸੀ, ਬਿਜਲੀ ਦੇ ਕੰਮ ਕਰਨੀ ਧਿਆਨ ਸੀ, ਬਸ ਇੱਧਰ ਨੂੰ ਹੁੰਦੇ ਤੁਰਿਆ ਆਇਆ। ਮੈਨੂੰ ਗੋਦ ਮਾਂ ਬੋਲੀ ਪੰਜਾਬੀ ਨੇ ਲਿਆ ਤੇ ਡਰਾਇੰਗ ਨੇ ਲਿਆ, ਡਰਾਇੰਗ ਬਹੁਤ ਖੂਬਸੂਰਤ। ਦੂਸਰੀ ਕਲਾਸ ਦੇ ਵਿੱਚ ਮੈਂ ਪੜ੍ਹਦਾ ਸੀ, ਜਿਹੜੇ ਕਿ 7-8 ਸਾਲ ਦੀ ਉਮਰ ਤੇ ਪਹਿਲੀ ਵਾਰ ਮੈਂ ਜਿਹੜੀ ਪ੍ਰੈਕਟੀਕਲ ਡਰਾਇੰਗ ਹੁੰਦੀ ਹੈ ਸਾਇੰਸ ਦੀ ਜੀ, ਉਹਦੇ ਵਿੱਚ ਇੱਕ ਡਰਾਇੰਗ ਬਣਾਈ। ਸਾਡੇ ਭਰਾ ਲੱਗਦੇ ਨੇ ਮੇਰੇ ਪਿੰਡੋਂ, ਸਾਡੇ ਘਰਾਂ ਚੋਂ ਸੀ ਵੱਡੇ ਨੇ, ਉਹਨਾਂ ਨੇ ਇੱਕ ਡਰਾਇੰਗ ਬਣਾਈ, ਉਹ ਸੋਹਣੀ ਬਣੀ, ਉਹਨਾਂ ਨੇ ਅਗਲੀ ਦੇ ਤੀ, ਫਿਰ ਅਗਲੀ, ਫਿਰ ਅਗਲੀ ਕਾਪੀ ਬਣ ਗਈ, ਫਿਰ ਹੋਰ ਕਿਸੇ ਦੀ ਕਾਪੀ ਬਣਾ ਤੀ, ਸਫ਼ਰ ਸ਼ੁਰੂ ਹੋ ਗਿਆ। ਉਹ ਜਿਹੜੀਆਂ ਡਰਾਇੰਗ ਸੀਗੀਆਂ ਪ੍ਰੈਕਟੀਕਲ ਦੀਆਂ, ਹੁਣ ਰੋਜ਼ ਬਣਾਉਣੀਆਂ ਅਤੇ ਰੋਜ਼ ਪੜ੍ਹਨੀਆਂ। ਬਸ ਇਹ ਮੈਨੂੰ ਵੀ ਵਿਗਿਆਨ ਦੀ ਜਿਹੜੀ ਲਾਈਨ ਤੀ, ਫਿਜਿਕਸ ਦੀ ਜਾਂ ਕਹਿ ਲਓ ਜਾਂ ਬਿਜਲੀ ਦੀ ਕਹਿ ਲਓ ਨਾਲ, ਉਹ ਉੱਥੋਂ ਹੀ ਸਟਾਰਟ ਹੋ ਗਈ। ਤੇ ਇੱਕ ਇਹ ਸੀ ਵੀ ਬਿਜਲੀ ਦਾ ਉਹ ਸਾਲਾਂ 'ਚ ਕਰੇਜ਼ ਬਹੁਤ ਸੀਗਾ, ਸਾਡੇ ਘਰ ਤਾਂ ਬਿਜਲੀ ਹੈ ਨਹੀਂ ਸੀ, ਸਾਡੇ ਘਰ ਸੰਨ 78 'ਚ ਆਈ ਹੈ ਬਿਜਲੀ ਜੀ, ਅਤੇ ਉਹ ਬਿਜਲੀ ਦਾ ਕਰੇਜ਼ ਸਾਰੇ ਲੋਕਾਂ ਦੇ ਘਰ ਜ਼ਿਆਦਾ ਸੀ, ਜਿਹੜੇ ਕਿ ਬੱਲਬ ਵੀ ਚੱਲਦਾ ਬਹੁਤ ਸੋਹਣਾ ਲੱਗਦਾ, ਉਹਨਾਂ ਨਹੀਂ ਤਾਂ ਮਿੱਟੀ ਦੇ ਤੇਲ ਦਾ ਦੀਵਾ ਹੀ ਚਲਾਉਂਦੇ ਹੁੰਦੇ। ਅਤੇ ਤੁਸੀਂ ਪੜ੍ਹੇ ਹੋਵੋਗੇ ਮਿੱਟੀ ਦੇ ਤੇਲ ਦੇ ਦੀਵੇ 'ਚ ਤਾਂ? ਹਾਂਜੀ ਵਾਹਵਾ, ਮੈਂ 8ਵੀਂ ਤੱਕ ਪੜ੍ਹਿਆ, ਦੀਵਾ ਲਾਲਟਨ ਅਤੇ ਮਿੱਟੀ ਤੇਲ ਵਾਲਾ ਲੈਂਪ ਉਹਨਾਂ ਨਾਲੇ ਪੜ੍ਹਦੇ ਸੀਗੇ। ਉੱਥੋਂ ਜਾਣੀ ਕਿ ਜਿਹੜੀ ਉਹ ਪ੍ਰੈਕਟੀਕਲ ਕਾਪੀ ਸੀ ਉਹਨਾਂ ਨੇ ਜਿਹੜੀ ਸਾਇੰਸ ਦੀ ਲਗਨ ਲਾ ਤੀ, ਉਹ ਸਮਝਾਉਣ ਲੱਗ ਗਈ। ਛੋਟੀ ਉਮਰੇ ਬਿਜਲੀ ਦਾ ਕੰਮ ਸਿੱਖਿਆ, ਬਿਜਲੀ ਦੇ ਕੰਮ ਦੇ ਵਿੱਚ ਫਿਰ ਅੱਗੇ ਗ੍ਰਾਮੋਫੋਨ ਆ ਗਏ, ਰਿਕਾਰਡ ਪਲੇਅਰ ਆ ਗਏ ਅਤੇ ਟੀਵੀ ਆ ਗਿਆ, ਇਹ ਸਾਰਾ ਕੁਛ ਬਹੁਤ ਛੋਟੀ ਉਮਰੇ ਕੰਮ ਮੈਂ ਸਿੱਖਿਆ ਸੀਗਾ, ਹਰ ਚੀਜ਼ ਟੈਕਨੀਕਲੀ ਤੌਰ ਤੇ ਹਰ ਚੀਜ਼ ਸਿੱਖੀ। ਤੇ ਉਹ ਉਸ ਇੰਨਾ ਕੁਛ ਕਰਦੇ, ਦੇਖੋ ਇੱਕੋ ਹੀ ਦਿਮਾਗ ਹੈ ਤੁਹਾਡਾ, ਇੱਕ ਪਾਸੇ ਹੀ ਲੱਗ ਸਕਦਾ ਜੀ, ਇਸੇ ਕਰਕੇ ਮੈਂ ਕਹਿੰਦਾ ਵੀ ਮੈਂ ਘਰ ਦੇ ਵਿੱਚ ਜ਼ਿਆਦਾ ਰਚਿਆ ਮਚਿਆ ਨਹੀਂ ਸੀ, ਮੇਰਾ ਤਾਂ ਧਿਆਨ ਹੀ ਸਾਰਾ ਦਿਨ ਉਹਨਾਂ ਚੀਜ਼ਾਂ ਕਰੀ ਰਹਿੰਦਾ ਸੀ। ਬਸ ਇਹ ਮੈਨੂੰ ਵੀ ਕਈ ਵਾਰੀ ਰੋਟੀ ਖਾਣ ਲੱਗੇ ਵੀ ਪੁੱਛਣ, ਹੂੰ ਹਾਂ ਤੱਕ ਕੇ ਸੀਮਤ ਦੀ ਵਾਲੀ ਗੱਲ ਨਹੀਂ ਸੀ, ਗੂੰਗੇ ਵਾਲਾ ਕੰਮ ਸੀਗਾ, ਕੰਮ 'ਚ ਵਾਸਤੇ ਸੀ। ਮਾਪੇ ਪਸੰਦ ਕਰਦੇ ਸੀ ਇਸ ਗੱਲ ਨੂੰ? ਨਹੀਂ, ਉਹਨਾਂ ਦੀ ਇਹ ਪਸੰਦ ਨਹੀਂ ਸੀ ਵੀ ਉਹ ਇਹ ਕੰਮ ਕਰੇ, ਕਿਤੇ ਕਿਤੇ ਡਰਤੀ ਬਿਜਲੀ ਤੋਂ ਵੀ, ਇਹ ਬਿਜਲੀ ਨਾਲ ਇਹਨਾਂ 'ਚ ਕਦੇ ਚਿੰਬੜ ਜੇ। ਪਰ ਤੁਸੀਂ ਬਿਜਲੀ ਨੂੰ ਚਿੰਬੜ ਗਏ? ਨਹੀਂ, ਹਾਂ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ, ਮੈਂ ਬਿਜਲੀ ਨੂੰ ਚਿੰਬੜਿਆ, ਮਾਪੇ ਵੀ ਨਹੀਂ ਜੇ ਪਸੰਦ ਕਰਦੇ, ਕੁਛ ਜੋ ਰੁਤਬਾ ਸੀਗਾ ਪਿਤਾ ਦਾ ਉਹਦੇ ਮੁਤਾਬਕ ਇਹ ਕੰਮ ਨਹੀਂ ਸੀ, ਘਰਾਂ ਲੋਕਾਂ ਨੇ ਘਰਾਂ 'ਚ ਕੰਮ ਕਰਨਾ, ਫਿਟਿੰਗ ਕਰਨੀ, ਉਹਨਾਂ ਨੂੰ ਅੱਛਾ ਨਹੀਂ ਸੀ ਲੱਗਦਾ ਕੰਮ ਇਹ। ਅੱਛਾ, ਇਸ ਇੰਡਸਟਰੀ ਤੱਕ ਪਹੁੰਚੇ ਤੁਸੀਂ, ਪੰਜਾਬੀ ਵਾਲੀ ਗੱਲ ਬੜੀ ਖੂਬਸੂਰਤ ਕਹੀ ਸੀ, ਇੱਕ ਤਾਂ ਡਰਾਇੰਗ ਤੁਹਾਡੀ ਜਿਹੜੀ ਆ ਤੁਹਾਨੂੰ ਗੋਦ ਲੈਂਦੀ ਆ, ਦੂਸਰੀ ਪੰਜਾਬੀ। ਦੇਖੋ ਦੋ ਇਹ ਬੋਲੀਆਂ ਨੇ ਆਪਣੇ ਆਪ 'ਚ, ਆਹ ਲੈਂਗੁਏਜ ਨੇ ਸੋਰੀ ਲਿਪੀਆਂ, ਪੰਜਾਬੀ ਬੋਲੀ ਉਹ ਹੈ ਜਿਹਨੂੰ ਕਦੇ ਸਿੱਖਣ ਦੀ ਲੋੜ ਨਹੀਂ ਪੈਂਦੀ, ਆਪਦੇ ਆਪ ਆਉਂਦੀ ਹੈ, ਕਿਉਂ ਸਾਡੇ ਇਨਵਾਇਰਮੈਂਟ ਸਾਡੇ ਆਲੇ ਦੁਆਲੇ ਦੇ ਵਿੱਚ ਮਾਂ ਬੋਲੀ ਹੈ, ਮਾਂ ਬੋਲੀ ਹੈ। ਅਤੇ ਵੈਸੇ ਤਾਂ ਮਾਫ਼ੀ ਚਾਹੂੰਗਾ, ਮੈਂ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਜਿਹੜੇ ਅੱਖਰਾਂ ਦੇ ਅੰਗਰੇਜ਼ੀ ਦੇ ਬੋਲ ਜਾਂਦੇ ਆ, ਕਿਉਂਕਿ ਸਾਰਾ ਦਿਨ ਸਾਇੰਸ ਦੀ ਪੜ੍ਹਾਈ ਕਰਦੇ ਆ ਤਾਂ ਸਾਨੂੰ ਉਹਦੇ ਨਾਲ ਜੁੜੇ ਰਹਿੰਦੇ ਹਾਂ, ਉਹਦੇ ਕਾਫ਼ੀ ਜਿਹੜੇ ਅੱਖਰ ਅਸੀਂ ਵਰਤਦੇ ਹਾਂ, ਪਰ ਰੂਟੀਨ ਜਿਹੜੀ ਬੋਲੀ ਹੈ ਉਹ ਮੇਰੀ ਪੰਜਾਬੀ ਹੀ ਹੈ ਜੀ। ਅਤੇ ਦੂਜਾ ਜਿਹੜੀ ਡਰਾਇੰਗ ਹੈ ਉਹ ਵਿਗਿਆਨ ਦੀ ਭਾਸ਼ਾ, ਜੇ ਡਰਾਇੰਗ ਨਹੀਂ ਆਉਂਦੀ ਤਾਂ ਤੁਸੀਂ ਵਿਗਿਆਨ ਵੀ ਨਹੀਂ ਸਿੱਖ ਸਕਦੇ, ਇਹ ਬਿਲਕੁਲ ਕਲੀਅਰ ਹੈ, ਸਪਸ਼ਟ ਹੈ। ਤੇ ਜੇ ਵਿਗਿਆਨ ਤਾਂ ਆਊ ਜੇ ਡਰਾਇੰਗ ਆਉਂਦੀ ਹੈ, ਤੇ ਵਧੀਆ ਪੜ੍ਹਾਈ ਤਾਂ ਆਊ ਜੇ ਮਾਂ ਬੋਲੀ ਆਉਂਦੀ ਹੈ,
ਤੇ ਸਾਡੇ ਤਾਂ ਜਿਹੜੀ ਨੌਜਵਾਨੀ ਹੈ ਦੋਹੇ ਚੀਜ਼ਾਂ ਤੋਂ ਕੋਹਾਂ ਦੂਰ ਚਲੀ ਗਈ। ਹੁਣ ਜੰਮਦੇ ਜਵਾਕ ਨੂੰ ਅਸੀਂ ਕਹਿੰਦੇ ਵੀ ਬਸ ਇਹ ਅੰਗਰੇਜ਼ੀ ਸਿੱਧਾ USA ਗੱਲ ਕਰੇ ਜਾ ਕੇ, ਤੇ ਪਰ ਘਰ ਦਾ ਮਾਹੌਲ ਨਹੀਂ ਹੈ। ਜੇ ਤਾਂ ਬੱਚਾ ਉੱਧਰ ਜੰਮਿਆ ਪੜਿਆ ਹੋਵੇ ਫਿਰ ਉਹ ਅੰਗਰੇਜ਼ੀ ਉਨੀ ਸੋਹਣੀ ਬੋਲੂਗਾ। ਆਪਣੀ ਬੋਲੀ ਦੇ ਵਿੱਚ ਜਿਹੜੀ ਆਪਾਂ ਜਿਵੇਂ ਤੁਹਾਡੇ ਇਸ ਫੀਲਡ ਦੀ ਗੱਲ ਕਰਦੇ ਹਾਂ, ਹਾਂਜੀ, ਜਾਂ ਡਾਕਟਰੀ ਲੈਣ ਦੀ ਜਾਂ ਜਿਹੜੇ ਕਿਸੇ ਵੀ ਸਬਜੈਕਟ ਦੀ ਆਪਾਂ ਗੱਲ ਕਰਦੇ ਹਾਂ, ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਉਹ ਗੱਲ ਚੰਗੀ ਤਰ੍ਹਾਂ ਸਪਸ਼ਟ ਤਰੀਕੇ ਨਾਲ ਸਮਝਾ ਸਕਦੇ ਹਾਂ? ਇਹ ਲੱਗਦਾ ਨਹੀਂ ਹੈ, ਪਰ ਨਹੀਂ ਇਹ ਤਾਂ ਲੋਕ ਜਿਹੜੇ ਆਪਾਂ ਕਹਿੰਦੇ ਅੱਜ ਕੱਲ੍ਹ ਕਾਨਵੈਂਟਾਂ 'ਚ ਪੜ੍ਹਾਉਂਦੇ ਨੇ ਮਾਪੇ, ਉਹ ਕਹਿੰਦੇ ਨੇ ਕਿ ਤਾਂ ਗਵਾਰਾ ਵਾਲੀ ਭਾਸ਼ਾ ਹੁੰਦੀ ਹੈ। ਠੀਕ ਹੈ ਨਾ, ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਹੇਠਾਂ ਸਿੱਟ ਲਿਆ ਤੇ ਉੱਠੋ ਵੀ ਨਹੀਂ ਪੜ੍ਹਨਗੇ। ਪਰ ਮੈਂ ਇੱਕ ਗੱਲ ਪੁੱਛਣ ਚਾਹੁੰਦਾ ਵੀ ਕੀ ਅੰਗਰੇਜ਼ੀ ਹੀ ਬਹੁਤ ਉੱਚੀ ਬੋਲੀ ਹੈ? ਮੈਂ ਅੰਗਰੇਜ਼ੀ ਬਾਰੇ ਗੱਲ ਕਰਦਾ ਵੀ ਕੈਨੇਡਾ ਤੇ US ਲਾ ਲਓ ਜਾਂ UK ਲਾ ਲਓ, ਤਿੰਨ ਕੁ ਕੰਟਰੀ ਨੇ ਜਿਹੜੇ ਅੰਗਰੇਜ਼ੀ ਦੀ ਜ਼ਿਆਦਾ ਵਰਤੋਂ ਕਰਦੇ ਨੇ ਜੀ ਦੁਨੀਆਂ ਦੇ ਵਿੱਚ। ਜਿਹੜੇ ਟੌਪ ਦੇ ਉੱਤੇ ਕੰਟਰੀ ਬੈਠੇ ਨੇ ਸੁਪਰ ਪਾਵਰਾਂ, ਰਸ਼ੀਅਨ ਦੇ ਵਿੱਚ ਰਸ਼ੀਆ 'ਚ ਸਾਰਾ ਜਿਹੜਾ ਕੰਮ ਹੈ ਉਹਨਾਂ ਦੀ ਆਪਦੀ ਬੋਲੀ 'ਚ, ਚਾਹੇ ਉਹ ਵਿਗਿਆਨ ਹੈ ਚਾਹੇ ਆਮ ਭਾਸ਼ਾ ਹੈ ਜੀ। ਚਾਈਨਾ ਦੇ ਵਿੱਚ ਉਸ ਨੂੰ ਲੱਭਦੇ ਨਹੀਂ ਅੰਗਰੇਜ਼ੀ ਵਾਲਾ, ਕਿੰਨੀ ਛੇਤੀ ਉਹਨੇ ਗਰੋ ਕੀਤਾ ਕੰਟਰੀ ਨੇ। ਜਪਾਨ ਆਪਦੀ ਭਾਸ਼ਾ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ ਜੀ। ਫਰਾਂਸ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਕੋਈ ਬੋਲਣ ਵਾਲਾ ਦਿਸ ਆਉਂਦਾ ਅੰਗਰੇਜ਼ੀ? ਜਰਮਨ ਨਹੀਂ ਬੋਲਦਾ, ਇਟਲੀ ਨਹੀਂ ਬੋਲਦਾ। ਯਾਰ ਦੁਨੀਆ ਦੀ ਐਡੀ ਐਡੀ ਤਾਕਤਾਂ ਅੰਗਰੇਜ਼ੀ ਨਹੀਂ ਬੋਲਦੀਆਂ, ਤੇ ਸਾਨੂੰ ਪਤਾ ਨਹੀਂ ਕਿਉਂ ਬੁਖਾਰ ਵਾਂਗੂ ਚੜ੍ਹ ਗਿਆ ਵੀ ਬਸ ਜੇ ਅੰਗਰੇਜ਼ੀ ਆਊ ਤਾਂ ਸਾਨੂੰ ਅਕਲ ਆਊ, ਨਹੀਂ ਤਾਂ ਆਉਂਦੀ ਨਹੀਂ ਹੈ। ਜਦਕਿ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਬਗਾਨੀ ਭਾਸ਼ਾ 'ਚ ਤੁਸੀਂ ਬਹੁਤ ਜ਼ਿਆਦਾ ਮਤਲਬ ਅੱਛਾ ਸੌਖ ਨਹੀਂ ਮਹਿਸੂਸ ਕਰ ਸਕਦੇ? ਹਾਂ, ਨਹੀਂ ਕਰ ਸਕਦੇ। ਅਸੀਂ ਤਾਂ ਇਹ ਹੈ ਵੀ ਸਾਨੂੰ ਬੱਚੇ ਨੂੰ ਛੋਟੇ ਹੁੰਦੇ ਹੀ ਦੋ ਫਰੰਟ ਇਕੱਠੇ ਫੜਾ ਦਿੰਦੇ, ਇੱਕ ਪਾਸੇ ਵਿਗਿਆਨ ਵਰਗੀ ਪੜ੍ਹਾਈ ਹੈ ਅਤੇ ਦੂਜੇ ਪਾਸੇ ਭਾਸ਼ਾ ਨਾਲ ਟੱਕਰ। ਮੈਂ ਪਹਿਲਾਂ ਕਿਹਾ ਵੀ ਜਦੋਂ ਬਚਪਨ ਤੋਂ ਸਾਰਾ ਪਰਿਵਾਰ ਬੋਲਦਾ ਹੋਵੇ, ਆਲਾ ਦੁਆਲਾ ਬੋਲਦਾ ਹੋਵੇ, ਫਿਰ ਤਾਂ ਉਹ ਆਰਾਮ ਨਾਲ ਬੋਲੀ ਚੱਲ ਪਊਗੀ, ਮਾਂ ਬੋਲੀ ਬਣ ਗਈ। ਮਾਂ ਬੋਲੀ ਹੈ ਨਹੀਂ, ਬੱਚੇ ਨੇ ਸਾਰਾ ਦਿਨ ਗੱਲਬਾਤ ਆਮ ਭਾਸ਼ਾ 'ਚ ਕਰਨੀ ਹੈ, ਫਿਰ ਉਹਨੂੰ ਸਕੂਲ 'ਚ ਸਜ਼ਾ ਕਰ ਦਿੰਦੇ ਵੀ ਜੇ ਪੰਜਾਬੀ ਬੋਲੀ ਦੇਖ ਲਈ। ਇਕੱਲੇ ਸਕੂਲ 'ਚ ਤੁਸੀਂ ਕੀ ਕਰ ਲਉਂਗੇ? ਤੁਸੀਂ ਆਲਾ ਦੁਆਲਾ ਤਾਂ ਜੋ ਭਾਸ਼ਾ ਦਾ ਉਹੀ ਰੱਖੋਗੇ ਨਾ। ਘਰੇ ਆ ਕੇ ਗਾਲਾਂ ਤਾਂ ਅਸੀਂ ਉਹੀ ਪੰਜਾਬੀ 'ਚ ਕੱਢਣੀਆਂ ਨੇ, ਗੀਤ ਅਸੀਂ ਪੰਜਾਬੀ 'ਚ ਗਾਉਣੇ ਨੇ, ਰੋਣਾ ਅਸੀਂ ਪੰਜਾਬੀ 'ਚ ਹੀ ਹੈ। ਫਿਰ ਜਦੋਂ ਸਾਡੀ ਉਹ ਇੰਨੀ ਹੱਡਾਂ 'ਚ ਰਚ ਚੁੱਕੀ ਹੈ ਸਾਡੀ ਭਾਸ਼ਾ, ਚੰਗੀ ਗੱਲ ਹੈ ਅਸੀਂ ਬੱਚਿਆਂ ਨੂੰ ਉਸੇ ਭਾਸ਼ਾ 'ਚ ਪੜ੍ਹਾਈਏ। ਔਰ ਬਹੁਤ ਸਾਰੇ ਮੇਰੇ ਕੋਲ, ਬੇਸ਼ੱਕ ਮੈਂ ਆਪ 10ਵੀਂ ਪਾਸ ਹਾਂ, ਬੱਚੇ ਅੱਛੇ ਪੜ੍ਹੇ ਲਿਖੇ ਆਉਂਦੇ ਨੇ, BTECH MTECH ਰੂਟੀਨ 'ਚ ਬੱਚੇ ਆਉਂਦੇ ਨੇ, ਉਹਨਾਂ ਨੂੰ ਜਦੋਂ ਅਸੀਂ ਆਪਦੀ ਭਾਸ਼ਾ 'ਚ ਪੜ੍ਹਾਉਂਦੇ ਹਾਂ ਤਾਂ ਬੜੇ ਹੈਰਾਨ ਹੁੰਦੇ ਨੇ ਵੀ ਜੇ ਇੰਨੀ ਸਰਲ ਭਾਸ਼ਾ 'ਚ ਪੜ੍ਹਾਇਆ ਹੁੰਦਾ ਫਿਰ ਤਾਂ ਸਮਝ ਆ ਜਾਂਦਾ ਸਾਰਾ ਕੁਛ। ਸਰਲ ਭਾਸ਼ਾ ਕੀ ਹੈ? ਮਾਂ ਬੋਲੀ ਹੈ, ਹੋਰ ਕੁਛ ਨਹੀਂ ਹੈ। ਸੌਖੇ ਢੰਗ ਨਾਲ, ਸੌਖੇ ਢੰਗ ਨਾਲ। ਟੈਕਨੀਕਲੀ ਆਪਾਂ ਕਹੀਏ ਕਿ ਵੀ ਜੇ ਬੰਦੇ ਨੂੰ ਜੋ ਤੁਹਾਡੀ ਭਾਸ਼ਾ ਜਿਸ 'ਚ ਕਿਤਾਬਾਂ ਨੇ ਉਹ ਦੱਸਣਾ ਹੋਵੇ ਆ ਤਾਰ ਐਂ ਕਰਕੇ ਐਂ ਜੋੜਨੀ, ਸਿੱਧਾ ਦੱਸਣਾ। ਕਿਤਾਬ ਦੇ ਵਿੱਚ ਇੱਕੋ ਹੀ ਪਾਸੇ ਧਿਆਨ ਹੈ ਨਾ ਲਗਾਤਾਰ, ਨਹੀਂ ਤਾਂ ਸਾਨੂੰ ਅੰਗਰੇਜ਼ੀ ਦੀ ਗ੍ਰਾਮਰ ਬਣਾਉਣ ਲੱਗੇ ਰਹਿੰਦੇ ਆ ਵੀ ਅਸੀਂ ਦੇਖਣ ਵੀ ਅੰਗਰੇਜ਼ੀ 'ਚ ਲਿਖਿਆ ਪਤਾ ਨਹੀਂ ਕੀ ਆ ਰਿਹਾ, ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ 'ਚ ਹੀ ਲੱਗੇ ਰਹਿੰਦੇ ਵੀ ਲਿਖਿਆ ਕੀ ਹੈ। ਅੱਛਾ, ਪ੍ਰੈਕਟੀਕਲੀ ਥਰੈਟੀਕਲੀ ਦੋਨਾਂ ਦੇ ਵਿੱਚ ਮਤਲਬ ਦੋਨੇ ਜ਼ਰੂਰ ਲਾਜ਼ਮੀ ਨੇ? ਹਾਂ, ਉਹ ਤੋਂ ਬਿਨਾਂ ਤਾਂ ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਅਕਸਰ ਇਹ ਕਹਿੰਦੇ ਨੇ ਕਿ ਨਹੀਂ ਪ੍ਰੈਕਟੀਕਲ ਬਹੁਤ ਜ਼ਰੂਰੀ ਹੈ, ਉਹ ਬਿਲਕੁਲ ਗਲਤ ਹੈ। ਜਿਹੜੀਆਂ ਜਿਹੜਾ ਪ੍ਰੈਕਟੀਕਲ ਹੈ ਉਹ ਸਾਡੇ ਹੱਥਾਂ ਦੀ ਪ੍ਰੈਕਟਿਸ ਹੈ, ਜਿਵੇਂ ਕਿ ਅਸੀਂ ਸਾਈਕਲ ਚਲਾਉਂਦੇ ਹਾਂ, ਅਸੀਂ ਕਦੇ ਮੇਰਾ ਖਿਆਲ ਇਹ ਨਹੀਂ ਸੋਚਦੇ ਹੁੰਦੇ ਵੀ ਅਸੀਂ ਕਿਹੜੇ ਹੱਥ ਨਾਲ ਬ੍ਰੇਕ ਦੱਬਣੇ ਨੇ, ਕਿਹੜੇ ਨੇ ਟੱਲੀ ਵਜਾਉਣੀ ਹੈ, ਕਿਹੜੇ ਪੈਡਲ ਹੇਠਾਂ ਉੱਤੇ ਜਾਓ, ਕਦੇ ਸੋਚਿਆ ਨਹੀਂ ਹੈ। ਉਹ ਸਰੀਰ ਦੀ ਪ੍ਰੈਕਟਿਸ ਹੈ, ਪਰ ਕੀ ਬਿਨਾਂ ਅੱਖਾਂ ਤੋਂ ਵੀ ਤੁਸੀਂ ਸਾਈਕਲ ਚਲਾ ਸਕਦੇ ਹੋ? ਨਹੀਂ।
ਅੱਖਾਂ ਸਾਡੀ ਥਿਉਰੀ ਹੈ, ਸਾਨੂੰ ਥਿਉਰੀ ਇਹ ਦੱਸਦੀ ਹੈ ਵੀ ਆਹ ਕੰਮ ਦਾ ਆਹ ਰਿਜ਼ਲਟ ਆਊਗਾ ਕਰਕੇ ਅਸੀਂ ਦੇਖਦੇ ਰਹਿਣਾ। ਉਹ ਸਾਨੂੰ ਅਗਾਹੋਂ ਅਗਾਹ ਕਰਦੀ ਹੈ ਜਾਂ ਉਹਦੇ ਰਿਜ਼ਲਟਾਂ ਬਾਰੇ ਦੱਸਦੀ ਰਹਿੰਦੀ ਹੈ ਵੀ ਇਹਦਾ ਆਹ ਰਿਜ਼ਲਟ ਹੈ, ਆਹ ਰਿਜ਼ਲਟ ਹੈ। ਔਰ ਬਹੁਤ ਸਾਰੇ ਬੇਵਕੂਫ ਲੋਕ, ਮੈਂ ਸਿੱਧਾ ਸਿੱਧਾ ਕਹੂੰਗਾ ਵੀ ਇਹ ਕਹਿ ਦਿੰਦੇ ਨੇ ਵੀ ਨਹੀਂ ਨਹੀਂ ਥਿਉਰੀ ਦੇ ਪ੍ਰੈਕਟੀਕਲਾਂ ਦਾ ਬਹੁਤ ਫਰਕ ਹੁੰਦਾ। ਇੱਕ ਲੱਖਾਂ ਵਾਰ ਜਿਹੜਾ ਪ੍ਰੈਕਟੀਕਲ ਹੁੰਦਾ ਸੇਮ ਰਿਜ਼ਲਟ ਆਉਂਦੇ ਨੇ ਤਾਂ ਉਹ ਥਿਉਰੀ ਲਿਖੀ ਜਾਂਦੀ ਹੈ, ਫਿਰ ਲਿਖੀ ਜਾਂਦੀ ਹੈ ਜੀ। ਥਿਉਰੀ ਦੇ ਪ੍ਰੈਕਟੀਕਲ ਦਾ ਕਦੇ ਫਰਕ ਹੋ ਹੀ ਨਹੀਂ ਸਕਦਾ। ਹਾਂ, ਫਰਕ ਕੀ ਹੈ? ਸਾਡੇ ਸਮਝਾਉਣ ਵਾਲਿਆਂ ਤੇ ਸਮਝਣ ਵਾਲਿਆਂ 'ਚ ਫਰਕ ਹੈ। ਜਦੋਂ ਅਸੀਂ ਲੋਕ ਉਹਦੀ ਥਿਉਰੀ ਨਹੀਂ ਸਮਝਦੇ ਤਾਂ ਫਿਰ ਉਹ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਕਿਸੇ ਨੇ ਸਿਖਾਇਆ ਉਹ ਉਸੇ ਪਾਸੇ ਧੱਕਾ ਲਾਉਂਦੇ ਤੁਰੇ ਜਾਂਦੇ ਨੇ, ਰਿਜ਼ਲਟ ਗਲਤ ਹੋ ਜਾਂਦੇ ਨੇ ਜਾਂ ਹੋਰ ਹੋ ਜਾਂਦਾ। ਕਹਿੰਦੇ ਨਹੀਂ ਨਹੀਂ ਥਿਉਰੀ ਮੁਤਾਬਕ ਕੰਮ ਨਹੀਂ ਹੁੰਦਾ। ਨਹੀਂ, ਕੰਮ ਥਿਉਰੀ ਨਾਲ ਹੀ ਹੁੰਦੇ ਨੇ, ਪੜ੍ਹਨੇ ਦੋਨੇ ਜ਼ਰੂਰੀ ਨੇ। ਤੁਸੀਂ ਇਹ ਕਹਿੰਦੇ ਹੋ ਕਿ ਪੂਰੇ ਦੇਸ਼ ਦੇ ਵਿੱਚ ਤੁਹਾਡੀ ਇਹ ਸੰਸਥਾ ਜਿਹੜੀ ਬੱਚਿਆਂ ਨੂੰ ਇੱਕ ਤਾਂ ਮਾਤ ਭਾਸ਼ਾ 'ਚ ਗਿਆਨ ਪ੍ਰਦਾਨ ਕਰਦੀ ਹੈ, ਇੱਕ ਤੁਸੀਂ ਇਹ ਦੋਸ਼ ਲਾਉਂਦੇ ਹੋ ਕਿ ਜਿੰਨੇ ਇੰਜੀਨੀਅਰਿੰਗ ਕਾਲਜ ਖੁੱਲ੍ਹੇ ਹੋਏ ਨੇ ਜਾਂ ਯੂਨੀਵਰਸਿਟੀਆਂ ਕੋਰਸ ਕਰਾਉਂਦੀਆਂ ਨੇ ਕਿ ਬੰਦ ਕਰ ਦੇਣੇ ਚਾਹੀਦੇ ਨੇ? ਬਿਲਕੁਲ ਜੀ, ਮੈਂ ਤਾਂ ਬੜਾ ਸਪਸ਼ਟ ਇਹਨਾਂ ਮਾਮਲੇ 'ਤੇ ਵੀ, ਜਿਹੜੇ ਨਸ਼ੇ ਪੱਤੇ ਨੇ ਤਾਂ 5-4% ਸਾਡੀ ਜਵਾਨੀ ਬਰਬਾਦ ਕੀਤੀ ਹੈ, ਕਾਲਜ ਤਾਂ 100% ਕਰੀ ਜਾ ਰਹੇ ਨੇ। ਕਾਰਨ? ਕਾਰਨ ਇਹ ਹੈ ਵੀ ਤੁਸੀਂ, ਕਾਰਨ ਤਾਂ ਮੇਰਾ ਖਿਆਲ ਮੈਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਚਾਹੀਦੀ। ਦੁਨੀਆਂ, ਪੂਰੀ ਦੁਨੀਆਂ ਦੇ ਵਿੱਚ ਐਕਸਪਰਟ ਕਾਰੀਗਰਾਂ ਦੀ ਜ਼ਰੂਰਤ ਹੈ। ਕੋਈ ਇੱਕ ਕਾਲਜ ਵੀ ਨਹੀਂ ਹੈ ਜਿਹੜਾ ਇਹ ਕਹਿਣਾ ਹੋਵੇ ਵੀ ਸਾਡਾ ਬੱਚਾ ਇੱਥੋਂ ਪੜ੍ਹ ਕੇ ਬਾਹਰ 10% ਕੰਮ ਕਰਨ ਦੇ ਕਾਬਲ ਹੋਵੇ। ਤੁਹਾਨੂੰ ਇਹ ਲੱਗਦਾ ਸਿਰਫ 10 ਕੱਚਾ ਮਾਲ ਹੀ ਤਿਆਰ ਕੀਤਾ ਜਾਂਦਾ? ਕੱਚਾ ਨਹੀਂ ਹੈ, ਜਿਹੜਾ ਕੱਚਾ ਨੂੰ ਕੰਡਮ ਕਰ ਦਿੱਤਾ ਜਾਂਦਾ, ਜਿਹੜਾ ਕੱਚਾ ਉਹਨੂੰ ਵੀ ਕੰਡਮ, ਉਹ ਵੀ ਕੰਡਮ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਬੱਚਿਆਂ ਨੇ ਇੱਕ ਫੋਬੀਆ ਹੋ ਜਾਂਦਾ ਵੀ ਅਸੀਂ ਇੰਜੀਨੀਅਰ ਬਣ ਗਏ, ਅਸਲ 'ਚ ਹੈ ਨਹੀਂ, ਸਿਰਫ ਡਿਗਰੀ ਹੈ ਕੋਲੇ, ਉਹ ਤਾਂ ਹਵਾ ਝੱਲ ਮਾਰਨ ਨੂੰ ਹੈ, ਲਿਖ ਕੇ ਦਿੱਤਾ ਹੋਇਆ ਵੀ ਸਿਆਣਾ, ਲਿਖ ਕੇ ਦਿੱਤਾ ਹੋਇਆ ਹੈ ਤਾਂ ਨਹੀਂ ਨਾ। ਜੇ ਆਪਾਂ ਕਿਸੇ ਨੂੰ, ਮੈਂ ਕਿਸੇ ਨੂੰ ਸਰਟੀਫਿਕੇਟ ਦੇ ਦਿੰਦਾ ਤੂੰ ਤਾਂ ਬਹੁਤ ਸਿਆਣਾ, ਸਿਆਣਾ ਥੋੜ੍ਹੀ ਹੋ ਜਾਊਗਾ, ਉਹ ਤਾਂ ਉਹਨੂੰ ਪ੍ਰੂਵ ਕਰਨਾ ਪਊਗਾ ਨਾ। ਅਤੇ ਜਦੋਂ ਕੰਮ ਨਹੀਂ ਆਉਂਦਾ, ਔਰ ਕੁਛ ਬੱਚੇ ਕਹਿ ਦਿੰਦੇ ਨੇ, ਆਉਂਦੇ ਨੇ ਮੇਰੇ ਕੋਲ, ਸਾਨੂੰ ਜੀ ਪ੍ਰੈਕਟੀਕਲ ਨਹੀਂ ਕਰਾਇਆ ਕਿਸੇ ਨੇ ਅਤੇ ਥਿਉਰੀ ਆਉਂਦੀ ਹੈ, ਥਿਉਰੀ ਦੇ ਵੀ ਦੋ ਸਵਾਲ ਪੁੱਛ ਲੈਂਦੇ ਵੀ ਨਾ ਇਹ ਵੀ ਨਹੀਂ ਆਉਂਦਾ, ਫਿਰ ਪਤਾ ਲੱਗ ਜਾਂਦਾ ਵੀ ਅਸਲ 'ਚ ਕੁਛ ਵੀ ਨਹੀਂ ਹੈ, ਨਾ ਉਹ ਥਿਉਰੀ ਪੱਖੋਂ ਉਹਨਾਂ ਦੇ ਹੱਥ 'ਚ ਕੁਛ ਹੈ ਅਤੇ ਨਾ ਹੀ ਪ੍ਰੈਕਟੀਕਲ ਹੈ। ਉਹ ਇੱਕ ਬੇਰਾਂ ਦੀ ਬੇਰੀ ਵਾਂਗੂ ਐਂ ਮੰਨ ਕੇ ਚਲੋ ਵੀ ਹਲਿਆ ਹਲਿਆ ਕੇ ਉਹ ਬੇਰ ਉਹਨਾਂ ਤੋਂ ਝਾੜ ਲਏ, ਪੈਸੇ ਉਹਨਾਂ ਤੋਂ ਲੈ ਲਏ, ਜ਼ਿੰਦਗੀ ਦਾ ਕੀਮਤੀ ਸਾਲ ਉਹਦੇ ਬਰਬਾਦ ਕਰਤੇ, ਉਦੋਂ ਬਾਅਦ ਉਹ ਅਵਾਰਾ ਪਸ਼ੂਆਂ ਵਾਂਗੂ ਉਹਨਾਂ ਨੂੰ ਧੱਕ ਦਿੱਤਾ ਜਾਂਦਾ ਅਤੇ ਫਿਰ ਆਏ ਸਾਲ 1 ਕਰੋੜ ਜਿਹੜਾ ਵਿਦਿਆਰਥੀ ਹੈ ਉਹ ਬੇਰੁਜ਼ਗਾਰ ਪੈਦਾ ਹੋ ਜਾਂਦਾ। ਇਹ ਤੁਹਾਡੇ ਸਬਜੈਕਟ ਨਾਲ ਨਹੀਂ, ਸਾਰੇ ਸਬਜੈਕਟਾਂ ਨਾਲ ਹੀ ਐਂ ਵਾਪਰ ਰਿਹਾ ਹੈਗਾ, ਸਾਰਿਆਂ ਨਾਲ ਵਾਪਰ ਰਿਹਾ ਹੈ। ਮੰਨ ਲਓ ਮੈਂ ਜਿਸ ਡਿਪਾਰਟਮੈਂਟ 'ਚ ਮੈਂ ਪੜ੍ਹਿਆ ਤਾਂ ਸਾਡਾ ਡਿਪਾਰਟਮੈਂਟ ਵੀ ਇਸ ਤਰ੍ਹਾਂ ਹੀ ਹੈ ਕਿ ਪ੍ਰੋਡਕਟ ਅੱਧਾ ਕੁ ਬਣਾਇਆ, ਉਹੀ ਤੁਹਾਡੇ ਲਈ ਕੱਚਾ, ਦੇਖੋ ਕੱਚਾ ਵੀ ਨਹੀਂ ਕੱਚਾ ਰਹਿਣ ਦਿੱਤਾ। ਪਹਿਲੀ ਗੱਲ ਤਾਂ ਇਹ ਵੀ ਮੇਰੀ ਕੋਰ ਲਾਈਨ ਇਲੈਕਟ੍ਰੀਕਲ ਦੀ ਹੈ, ਇਲੈਕਟ੍ਰੀਕਲ ਮਕੈਨੀਕਲ, ਇਹ ਦੋ ਲਾਈਨਾਂ ਨਾਲ ਤਾਂ ਸਾਡਾ ਬਹੁਤ ਜ਼ਿਆਦਾ ਵਾਹ ਪੈਂਦਾ ਹੈ। ਇਹ ਦੋਹੇ ਲਾਈਨਾਂ 'ਚ ਤਾਂ ਇਹੀ ਹਾਲ ਹੈ, ਬਾਕੀਆਂ ਦਾ ਹੁਣ ਮੈਨੂੰ ਕੋਈ ਮੈਂ ਕਮੈਂਟ ਨਹੀਂ ਕਰ ਸਕਦਾ। ਆਰਟਸ ਬਾਰੇ ਅਸੀਂ ਕੁਛ ਕਹੀ ਨਹੀਂ ਸਕਦੇ ਕਿਉਂਕਿ ਮੈਂ ਉਹ ਨਾ ਪੜ੍ਹਿਆ ਨਾ ਮੈਨੂੰ ਉਹਦੀ ਕੋਈ ਉਪਯੋਗਤਾ ਹਾਲੇ ਕੋਈ ਨਜ਼ਰ ਆਈ ਹੈ ਵੀ ਆਰਟਸ ਦੀ ਕੀ ਹੈ ਕਿ ਨਹੀਂ। ਹੋ ਸਕਦਾ ਹੋਊਗੀ, ਬਹੁਤ ਵਧੀਆ ਹੋਊਗੀ, ਪਰ ਉਹ ਮੇਰੀ ਸਮਝ 'ਚ ਨਹੀਂ ਹੈ ਕਿਉਂਕਿ ਮੈਂ ਕੋਈ ਕੰਪਲੀਟ ਪਰਸਨ ਤਾਂ ਨਹੀਂ ਹਾਂ, ਮੈਂ ਆਪਦੇ ਆਪਣੇ ਫੀਲਡ ਬਾਰੇ ਆਪਦੇ ਫੀਲਡ ਬਾਰੇ ਹੀ ਮੈਂ ਜ਼ਿਆਦਾ ਦੱਸਦਾ। ਇੱਕ ਤੁਸੀਂ ਇਹ ਗੱਲ ਕਰਦੇ ਹੋ ਵੀ ਜਿਹੜੀ ਐਜੂਕੇਸ਼ਨ ਜਿੰਨੇ ਵੀ ਇੰਜੀਨੀਅਰਿੰਗ ਕਾਲਜ ਦਿੰਦੇ ਨੇ ਜਾਂ ਜਿਹੜੀਆਂ ਕਿਤਾਬਾਂ ਨੇ ਜਦੋਂ ਤੁਸੀਂ ਇਸ ਇੰਡਸਟਰੀ ਨੂੰ ਖੜਾ ਕਰਦੇ ਹੋ, ਜਿੱਥੇ 60-70 ਦੇ ਕਰੀਬ ਬੱਚੇ ਤੁਹਾਡੇ ਕੋਲ ਨੇ, ਤੁਹਾਡੇ ਕੋਲ ਰਿਹਾਇਸ਼ ਹੈ ਉਹਨਾਂ ਦੀ, ਤੁਹਾਡੇ ਕੋਲ ਖਾਣਾ ਸਾਰਾ ਕੁਛ ਨਾ, ਤੁਸੀਂ ਕਹਿੰਦੇ ਹੋ ਕਿ ਜੋ ਕਿਤਾਬਾਂ ਦੇ ਵਿੱਚ ਛਪਿਆ ਹੋਇਆ ਹਾਂਜੀ ਉਹ ਉਸ ਸਮੇਂ ਦਾ ਜਿਹੜੀਆਂ ਮਸ਼ੀਨਾਂ ਅੱਜ ਤੋਂ 200 ਸਾਲ ਪਹਿਲਾਂ। ਬਹੁਤ ਅਹਿਮ ਵਿਸ਼ਾ ਹੈ, ਮੈਂ ਇਲੈਕਟ੍ਰੀਕਲ ਤੇ ਮਕੈਨੀਕਲ ਦਾ ਨਾਮ ਇਸੇ ਕਰਕੇ ਲਿਆ ਕਿਉਂਕਿ ਦੋ ਲਾਈਨਾਂ ਦਾ ਮੈਨੂੰ ਪੱਕਾ ਹੀ ਪਤਾ।
ਇਲੈਕਟ੍ਰੀਕਲ ਦੀਆਂ ਕਿਤਾਬਾਂ 1960 ਦੇ ਆਸ ਪਾਸ ਸਿਸਟਮ ਨੂੰ ਫੋਲੋ ਕਰ ਰਹੀਆਂ ਨੇ, ਜੋ ਉਸ ਟਾਈਮ 'ਚ ਮੌਜੂਦ ਸੀ ਉਹ ਕਿਤਾਬਾਂ 'ਚ ਹੈਗਾ। ਉਹ ਬਾਹਰੋਂ ਗਾਇਬ ਹੋ ਗਏ ਅਤੇ ਕਿਤਾਬਾਂ ਉੱਥੇ ਖੜੀਆਂ ਨੇ, ਕਿਤਾਬਾਂ ਅਪਡੇਟ ਨਹੀਂ ਹੋਈਆਂ। ਕਿਤਾਬਾਂ ਨਹੀਂ ਅਪਡੇਟ ਹੋਈਆਂ, ਪ੍ਰੋਫੈਸਰ ਨਹੀਂ ਅਪਡੇਟ ਹੋਏ, ਮਸ਼ੀਨਰੀ ਨਹੀਂ ਅਪਡੇਟ ਹੋਈ, ਫਿਰ ਤੁਸੀਂ ਕਿਸ ਚੀਜ਼ ਦੀ ਆਸ ਰੱਖ ਸਕਦੇ? ਉਸੇ ਮਸ਼ੀਨਰੀ ਤੇ ਪੜ੍ਹਾਇਆ ਜਾ ਰਿਹਾ, ਅੱਜ ਵੀ ਉਸੇ ਤੇ ਪੜ੍ਹਾਇਆ ਜਾ ਰਿਹਾ। ਮੈਂ ਦਾਅਵੇ ਨਾਲ ਕਿਸੇ ਵੀ ਕਾਲਜ 'ਚ ਜਾਂ ITI ਜਿੱਥੇ ਵੀ ਤੁਸੀਂ ਜਾਓ, ਤੁਹਾਨੂੰ ਉਹੀ ਮੋਟਰਾਂ, ਉਹ ਪੁਰਾਣੇ ਬਾਬਾ ਆਦਮ ਵੇਲੇ ਦੀਆਂ, ਉਹੀ ਜਨਰੇਟਰ, ਜਾਣੀ ਕਿ ਉਹਨਾਂ ਦੀ ਕਦੇ ਕਿਤੇ ਸਾਨੂੰ ਵੀ ਸਮਝ ਨਹੀਂ ਹੈ। ਮੈਨੂੰ 43 ਸਾਲ ਤਾਂ ਮੈਨੂੰ ਕੰਮ ਕਰਦੇ ਹੋਗੇ, ਉਹਨੇ ਸਾਨੂੰ ਵੀ ਬੜਾ ਅਜੀਬ ਲੱਗਦਾ ਵੀ ਕੀ ਹੈ ਇਹ, ਕਿਉਂਕਿ ਉਹ ਕਦੇ ਫੀਲਡ 'ਚ ਹੈ ਹੀ ਨਹੀਂ, ਕਦੇ ਉਹਨਾਂ ਦੀ ਵਰਤੋਂ ਹੀ ਨਹੀਂ ਹੈ। ਉਹ ਚੀਜ਼ਾਂ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ, ਇਹਨਾਂ ਨੂੰ ਸਿਖਾਇਆ ਜਾ ਰਿਹਾ ਵੀ ਗੰਡੇ ਦਾ ਲੱਕੜ ਦਾ ਪਹੀਆ ਕਿੱਦਾਂ ਬਣਾਉਣਾ, ਕੀ ਵਾਹਿਆਤ ਕੰਮ ਹੈ, ਸਾਡੀ ਪੂਰੀ ਜਨਰੇਸ਼ਨ ਨੂੰ ਬਰਬਾਦ ਕੀਤਾ ਜਾ ਰਿਹਾ। ਨਹੀਂ ਪਰ ਉਹ ਗਿਆਨ ਹੋਣਾ ਤਾਂ ਲਾਜ਼ਮੀ ਹੈ। ਨਹੀਂ ਹੁਣ ਗੰਡੇ ਦਾ ਪਹੀਆ ਬਣਾਉਣਾ ਥੋੜੀ ਸਿੱਖਣਾ, ਨਹੀਂ ਚਾਹੀਦਾ, ਨਹੀਂ ਚਾਹੀਦਾ। ਉਹਨਾਂ ਚੀਜ਼ਾਂ ਦੀ, ਜਿੰਨਾ ਚੀਜ਼ਾਂ ਦਾ ਸਮਾਂ ਨਿਕਲ ਚੁੱਕਿਆ, ਉਹਨਾਂ ਦੀ ਸਿਰਫ ਇੰਟਰੋਡਕਸ਼ਨ ਕਰਵਾਈ ਜਾ ਸਕਦੀ ਹੈ, ਸਮਾਂ ਨਹੀਂ ਬਰਬਾਦ ਕੀਤਾ ਜਾ ਸਕਦਾ। ਸਾਡੇ ਇੰਟਰੋਡਕਸ਼ਨ ਨਹੀਂ ਦਿੱਤੀ ਜਾਂਦੀ, ਉਹਦੇ ਤੋਂ ਸਮਾਂ ਹੀ ਬਰਬਾਦ ਕੀਤਾ ਜਾਂਦਾ, ਸਾਰਾ ਟਾਈਮ ਹੀ ਉਸੇ ਸਿਲੇਬਸ ਤੇ ਕੱਢ ਦੇਣਾ। ਤੇ ਇਸੇ ਕਰਕੇ ਬੱਚਾ ਜਦੋਂ ਉੱਥੋਂ ਨਿਕਲਦਾ, ਉਹ ਮੌਜੂਦਾ ਜਿਹੜਾ ਦੌਰ ਹੈ ਉਹਦੀ ਮਸ਼ੀਨਰੀ ਬਾਰੇ ਉਹਨੂੰ ਥਰੈਟੀਕਲੀ ਵੀ ਕਲੀਅਰ ਨਹੀਂ ਹੈ, ਕਿਉਂਕਿ ਬਾਹਰ ਸੀਨ ਚੇਂਜ ਹੋ ਗਿਆ ਤੇ ਪ੍ਰੈਕਟੀਕਲ ਉਹਦਾ ਉੱਥੇ ਹੋਇਆ ਹੀ ਕੋਈ ਨਹੀਂ। ਉਹ ਬਿਲਕੁਲ ਖਾਲੀ ਹੱਥ ਤਾਂ ਕਹਿ ਲਈਏ ਠੀਕ ਹੈ, ਉਹ ਮਾਈਨਸ 'ਚ ਚਲਾ ਜਾਂਦਾ ਹੈ ਉਸ ਉਮਰ 'ਚ, ਜਦੋਂ ਉਹਨੂੰ ਬਾਹਰ ਆ ਕੇ ਆਪਦੀ ਇੱਕ ਪਰਫੋਰਮੈਂਸ ਦਿਖਾਉਣੀ ਚਾਹੀਦੀ ਹੈ। ਤੁਸੀਂ ਕੋਈ ਰੋਸ ਜ਼ਾਹਰ ਕਰਦੇ ਹੋ ਤਾਂ ਕਹਿੰਦੇ ਨੇ ਸਾਡੀ ਸਿੱਖਿਆ ਨੀਤੀ ਆ, ਅਸੀਂ ਤਾਂ ਜਿਵੇਂ ਚਾਹਵਾਂਗੇ ਉਵੇਂ ਕਿਤਾਬਾਂ ਛਾਪਾਂਗੇ। ਕੁਛ ਵੀ ਕਹਿ ਸਕਦੇ ਨੇ ਰਾਜਨੀਤਿਕ ਲੋਕ ਨੇ। ਤੁਹਾਡੇ ਨਾਲ ਹੋਇਆ ਜਦੋਂ ਤੁਸੀਂ ਇਸ ਫੀਲਡ 'ਚ ਆਏ ਹੋ, ਤੁਸੀਂ ਸੋਚਿਆ ਵੀ ਮੈਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਆ, ਤਾਂ ਤੁਸੀਂ ਵੀ ਕਿਹਾ ਹੋਣਾ ਵੀ ਤੁਹਾਨੂੰ ਵੀ ਕਿਹਾ ਹੋਣਾ ਸਾਜੋ ਸਮਾਨ ਜਿਵੇਂ ਤੁਸੀਂ ਕੱਲ੍ਹ ਦੱਸ? ਹਾਂ ਬਿਲਕੁਲ, ਮੈਂ ਇਹਨੂੰ ਇਹੀ ਸੀ ਵੀ ਅਸੀਂ ਮਾਰਕ, ਇੱਕ ਬੈਂਚ ਮਾਰਕ ਬਣਾ ਕੇ ਦਿਖਾਈਏ ਵੀ ਪੜ੍ਹਾਈ ਏਦਾਂ ਹੁੰਦੀ ਹੈ। ਅਸੀਂ ਇਹਨੂੰ ITI ਦੇ ਤੌਰ 'ਤੇ ਰਜਿਸਟ੍ਰੇਸ਼ਨ ਵਾਸਤੇ ਡਿਮਾਂਡ ਕੀਤੀ, ਪਰ ਜਦੋਂ ਉਹਨਾਂ ਨੂੰ ਸਾਨੂੰ ਮਸ਼ੀਨਰੀ ਲਿਸਟਾਂ, ਟੂਲ ਲਿਸਟਾਂ ਭੇਜੀਆਂ, ਉਹ ਮੈਂ ਕਿਹਾ ਭਾਈ ਇਹ ਕਿੱਥੇ ਮਿਲਦੀਆਂ ਨੇ? ਉਹ ਕਹਿੰਦੇ ਜੀ ਇੱਥੇ ਮਾਲੇ ਮਿਲ ਜਾਂਦੀਆਂ ਨੇ, ਮੈਂ ਤੁਸੀਂ ਲਿਆ ਕੇ ਰੱਖਣੀਆਂ ਨੇ, ਮੈਂ ਦਿਖਾਉਣੀਆਂ ਰਿਕਾਰਡ 'ਚ। ਹਾਂ ਦਿਖਾਉਣੀਆਂ ਨੇ, ਮੈਂ ਕਿਹਾ ਵੀ ਨਹੀਂ, ਮੇਰਾ ਇਹ ਮਕਸਦ ਨਹੀਂ ਹੈ। ਉਹਨਾਂ ਨੇ ਕਿਹਾ ਤੁਸੀਂ ਇੱਦਾਂ ਨਹੀਂ ਪੜ੍ਹਾਓਗੇ ਫਿਰ ਤੁਹਾਨੂੰ ਪੈਸੇ ਨਹੀਂ ਮਿਲਣੇ। ਮੈਂ ਪੈਸੇ ਪਿੱਛੇ ਕੰਮ ਹੀ ਨਹੀਂ ਕਰ ਰਿਹਾ, ਮੈਂ ਤਾਂ ਇੱਕ ਸੱਚੀ ਮੁੱਚੀ ਦੇ ਬੂਟੇ ਲਾਉਣੇ ਨੇ। ਇੱਕ ਆਹ ਦਰਖਤ ਤੁਸੀਂ ਜਿਹੜੇ ਮੇਰੇ ਆਲੇ ਦੁਆਲੇ ਲੱਗੇ ਦੇਖ ਰਹੇ ਹੋ, ਐਡੀ ਮਹਿੰਗੀ ਜਗ੍ਹਾ ਹੈ, ਪਰ ਅਸੀਂ ਦਰਖਤ ਲਾਏ ਕਿਉਂਕਿ ਅਸੀਂ ਕੁਦਰਤ ਦੇ ਘਰ ਜਾਈਆਂ ਵੀ ਸਾਨੂੰ ਲਾਉਣੇ ਚਾਹੀਦੇ ਨੇ। ਉਸੇ ਤਰ੍ਹਾਂ ਉਧਰੋਂ ਵੀ ਮੈਂ ਆਪਦੇ ਸਮਾਜ ਦਾ ਕਰ ਜਾਈਆਂ, ਮੈਂ ਉਸੇ ਸਮਾਜ 'ਚੋਂ ਹੀ ਨੌਲੇਜ ਲੈ ਕੇ ਸਾਰਾ ਕੁਛ ਇਕੱਠਾ ਹੋ ਕੇ ਖੜਾ ਹੋਇਆ, ਅਤੇ ਫਿਰ ਅਸੀਂ ਉੱਥੇ ਬੂਟੇ ਚਲਾਉਣੇ ਤੇ, ਅਤੇ ਫਿਰ ਮੈਂ ਇਕੱਲੇ ਪੈਸਿਆਂ 'ਤੇ ਕਿਵੇਂ ਸਮਝੌਤਾ ਕਰਦਾ, ਉਹ ਅਸੀਂ ਛੱਡਤੇ ਵੀ ਨਹੀਂ ਇਹ ਸਾਨੂੰ ਤੁਹਾਡੇ ਪੈਸੇ ਦੀ ਜ਼ਰੂਰਤ ਨਹੀਂ ਹੈ। ਅਤੇ ਉਹ ਕੰਸੈਪਟ ITI ਦਾ ਛੱਡ ਕੇ ਫਿਰ ਇਹ ਲੈਬ, ਮੈਂ ਇਹ ਸੋਚ ਸੋਚ ਕੇ ਹਰ ਚੀਜ਼ ਲੱਭ ਲੱਭ ਕੇ ਉਹਦੇ ਵਿੱਚ ਮੈਂ ਦੋਨੋਂ ਚੀਜ਼ਾਂ ਲੱਭੀਆਂ ਵੀ ਪਹਿਲਾਂ ਕੀ ਹੁੰਦਾ ਸੀ ਅਤੇ ਅੱਜ ਕੀ ਹੈ, ਸਾਰੀਆਂ ਚੀਜ਼ਾਂ ਲੱਭੀਆਂ, ਸਾਰੀਆਂ ਚੀਜ਼ਾਂ ਲੱਭੀਆਂ। ਕਿਉਂਕਿ ਮੇਰੀ ਇੱਕੋ ਇੱਛਾ ਹੁੰਦੀ ਸੀ ਵੀ ਕੋਈ ਬੱਚਾ ਮੈਨੂੰ ਇਹ ਨਾ ਕਹੇ ਵੀ ਸਰ ਪਹਿਲਾਂ ਕੰਮ ਕਿਵੇਂ ਚੱਲਦਾ, ਮੈਂ ਪਹਿਲਾਂ ਕੰਮ ਇੱਦਾਂ ਚੱਲਦਾ ਸੀ, ਐਡੀ ਵੱਡੀ ਮਸ਼ੀਨ ਤੀ, ਇੰਨੀ ਸਿੰਪਲ ਤੀ ਪਰ ਵੱਡੀ ਬਹੁਤ ਤੀ, ਕੰਪਲੀਕੇਟਡ ਤੀ, ਅੱਜ ਮਸ਼ੀਨਾਂ ਕੰਪੈਕਟ ਹੋ ਗਈਆਂ, ਹੁਣ ਆਹ ਬਣ ਗਈ, ਤਾਂ ਬੜਾ ਛੇਤੀ ਸਮਝ ਆ ਜਾਂਦਾ ਕਿਉਂਕਿ ਉਹਨਾਂ ਨੂੰ ਪੂਰਾ ਉਸ ਪ੍ਰੋਡਕਟ ਦਾ ਸਫ਼ਰ ਸਮਝ ਆ ਜਾਂਦਾ ਵੀ ਇੰਨੀ ਬਦਲੀ ਹੋ ਚੁੱਕੀ ਹੈ। ਸਿੱਖਿਆ ਉਹਨੇ ਅਸੀਂ ਲੇਟੈਸਟ ਤੇ ਹਾਂ, ਪਰ ਦਿਖਾਉਣਾ ਪੁਰਾਣਾ ਵੀ ਹੁੰਦਾ ਕਿਉਂਕਿ ਉਹ ਸਾਡਾ ਜਾਣ ਪਹਿਚਾਣ ਕਰਾਉਣੀ, ਹਾਂ ਉਹ ਸਾਡਾ ਇਤਿਹਾਸ ਹੈ, ਅਸੀਂ ਉਹਦੇ ਵਿੱਚ ਉਹਨਾਂ ਨੂੰ ਐਕਸਪਰਟ ਨਹੀਂ ਕਰਨਾ, ਉਹਨਾਂ ਦੀਆਂ ਥਿਊਰੀਆਂ ਨਹੀਂ ਪੜ੍ਹਾਉਣੀਆਂ ਦੱਬ ਦੱਬ ਕੇ।
ਥਿਊਰੀ ਸਾਨੂੰ ਮੌਜੂਦਾ ਦੌਰ ਦੀ ਪੜ੍ਹਾਉਣੀ ਪਏਗੀ ਵੀ ਚੀਜ਼ਾਂ ਕੀ ਨੇ ਸਾਨੂੰ ਉੱਥੇ ਮੱਥਾ ਮਾਰਨ ਦਾ ਕੋਈ ਮਤਲਬ ਨਹੀਂ ਹੈ ਇੰਟਰੋਡਕਸ਼ਨ ਇੰਨੀ ਕੁ ਹੋਣੀ ਚਾਹੀਦੀ ਹੈ ਵੀ ਅਗਰ ਕੋਈ ਪੁਰਾਣੀ ਮਸ਼ੀਨਰੀ ਬੱਚਿਆਂ ਦੇ ਸਾਹਮਣੇ ਆ ਜਾਂਦੀ ਹੈ ਰਿਕਾਰਡ 'ਚ ਆ ਜਾਂਦੀ ਹੈ ਟੈਕਸਟ 'ਚ ਆ ਜਾਂਦੀ ਹੈ ਤਾਂ ਆਰਾਮ ਨਾਲ ਉਹਦੇ ਬਾਰੇ ਸਮਝ ਸਕਣ ਵੀ ਹਾਂ ਇਹ ਉਹ ਚੀਜ਼ ਹੈ ਜਿਹੜੀ ਸਾਨੂੰ ਦੱਸੀ ਸੀ ਪਰ ਇਹ ਹੁਣ ਜਾ ਚੁੱਕੀ ਹੈ। ਅੱਜ ਜਿਵੇਂ ਇੰਡਸਟਰੀ ਤੁਸੀਂ ਗੱਲ ਕਰਦੇ ਹੋ ਅਕਸਰ ਜਿਹੜਾ ਬੰਦਾ ਕੋਈ ਨਵਾਂ ਪ੍ਰੋਜੈਕਟ ਲਾਉਂਦਾ ਹੈਗਾ ਹਾਂਜੀ ਉਹ ਵੱਡੇ ਸ਼ਹਿਰਾਂ ਵੱਲ ਭੱਜਦਾ ਹੈਗਾ ਲੁਧਿਆਣੇ ਵਰਗੇ ਉਹਦਾ ਪਿੰਡ 'ਚ ਬੈਠੇ ਹੋ ਜਿੱਥੇ ਬੱਸ ਵੀ ਬੜੀ 3-4 ਘੰਟਿਆਂ ਬਾਅਦ ਸ਼ਾਇਦ ਪਹੁੰਚਦੀ ਹੋਵੇ ਉਹਦਾ ਕਾਰਨ ਇਹ ਹੁੰਦਾ ਜੀ ਇੰਡਸਟਰੀ ਜਿਹੜਾ ਇੱਕ ਵਪਾਰਕ ਅਦਾਰਾ ਹੈ ਉਹਨੇ ਹਰ ਚੀਜ਼ ਦੀ ਉਪਲਬਧਤਾ ਦੇਖਣੀ ਹੈ। ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਦੁਨੀਆ ਭਰ ਦਾ ਸਮਾਨ ਉੱਥੇ ਮਿਲਦਾ ਕੋਈ ਵੀ ਚੀਜ਼ ਚਾਹੀਦੀ ਹੈ ਉਹ 2-3 ਕਿਲੋਮੀਟਰ ਦੇ ਫਾਸਲੇ 'ਤੇ ਹੈ ਹਰ ਚੀਜ਼ ਉਪਲਬਧ ਹੋ ਜਾਂਦੀ ਹੈ ਹਰ ਕਿਸਮ ਦਾ ਕਾਰੀਗਰ ਉੱਥੇ ਮਿਲਦਾ ਵੱਡੀ ਮਾਰਕੀਟ ਉਹ ਹੈ ਦੂਰੋਂ ਪਾਰੋਂ ਵਪਾਰੀ ਆਉਂਦਾ ਤਾਂ ਲੁਧਿਆਣੇ ਪਹੁੰਚਦਾ ਟਰਾਂਸਪੋਰਟ ਦੁਨੀਆ ਭਰਦੀ ਹੈ ਰੇਲਵੇ ਦੇ ਕਾਰਗ ਆਪਣੇ ਡਰਾਈ ਪੋਰਟ ਤੱਕ ਲੁਧਿਆਣੇ ਨੇ ਤਾਂ ਇੰਡਸਟਰੀ ਨੂੰ ਕੋਈ ਚੱਲ ਥੋੜ੍ਹੀ ਚੜਿਆ ਵੀ ਆ ਕੇ ਖੇਤਾਂ 'ਚ ਬੈਠਣਾ ਅਸੀਂ ਇੰਡਸਟਰੀ ਨਹੀਂ ਹਾਂ ਇਹ ਕਹਿਣ ਨੂੰ ਇੰਡਸਟਰੀ ਹੈ ਇੱਕ ਸੰਸਥਾ ਹੈ ਸਾਡਾ ਤਾਂ ਮੇਰਾ ਤਾਂ ਮਕਸਦ ਹੀ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਮੈਂ ਕੁਦਰਤ ਦੀ ਬਹੁਤ ਗੋਦੀ 'ਚ ਨੇੜੇ ਰਹਿਣਾ ਚਾਹੁੰਦਾ ਮੇਰਾ ਕੋਈ ਹਾਂ ਸਾਨੂੰ ਸਮੱਸਿਆਵਾਂ ਫੇਸ ਹੁੰਦੀਆਂ ਨੇ ਕਈ ਵਾਰੀ 5 ਰੁਪਏ ਦੀ ਚੀਜ਼ ਪਿੱਛੇ ਕੰਮ ਖੜ ਜਾਂਦਾ ਤੇ ਫਿਰ ਇਹ ਮੈਨੂੰ ਕਹੋ ਵੀ 1000 ਰੁਪਏ ਦਾ ਡੀਜ਼ਲ ਨੂੰ ਨੇੜਲੇ ਕਹਿੰਦੇ ਵੀ ਇਹ ਪਾਗਲਾਂ ਵਾਲਾ ਕੰਮ ਆ ਹਾਂ ਸੋਚਦੀ ਨੇ ਜੀ ਚਲੋ ਸਾਹਮਣੇ ਦੀ ਕਹਿੰਦਾ ਅਗਲਾ ਪਿੱਛੋਂ ਤਾਂ ਕਹਿੰਦੇ ਹੀ ਪਿੱਛੋਂ ਤਾਂ ਅਗਲਾ ਜੀ ਗਾਲਾਂ ਕੱਢਾਂਗੇ ਹਾਂਜੀ ਬਿਲਕੁਲ ਬਿਲਕੁਲ ਗਾਲਾਂ ਕੱਢਦੇ ਕਿੱਥੇ ਆ ਗਏ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ 'ਚ ਪਹੁੰਚਦੀਆਂ ਐਵੇਂ ਨੇ ਤੁਸੀਂ ਅੱਜ 60 ਬੱਚੇ ਜਿਹੜੇ ਤੁਸੀਂ ਮੈਨੂੰ ਰਾਤ ਦੱਸ ਰਹੇ ਸੀ 60-70 ਕਰੀਬ ਬੱਚੇ 70 ਦੇ ਆਸ-ਪਾਸ ਬੱਚੇ ਨੇ ਜੀ ਜਿਹਦੇ ਵਿੱਚ ਆਪਣੇ ਪਰਿਵਾਰ ਨਾਲ ਤੁਸੀਂ ਖੜੇ ਨਹੀਂ ਗਏ ਜਾਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਨਹੀਂ ਖੜਾ ਹੈਗਾ ਜੋ ਦੇਖੋ ਵਿੱਚ ਵਾਪਰ ਹੈਗਾ ਪਰ ਅੱਜ ਤੁਸੀਂ ਉਹ ਪਰਿਵਾਰਾਂ ਦੇ ਨਾਲ ਖੜੇ ਹੋ ਜਿਹੜੇ ਬੱਚੇ ਤੁਹਾਡੇ ਆਪਣੇ ਬੱਚੇ ਨੇ ਦੇਖੋ ਆਪਦਾ ਲਫ਼ਜ਼ ਕੀ ਹੁੰਦਾ ਸਾਨੂੰ ਪਹਿਲਾਂ ਇਹਦੀ ਡੈਫੀਨੇਸ਼ਨ ਲੱਭਣੀ ਪਏਗੀ ਆਪਦਾ ਉਹ ਹੈ ਜੋ ਤੁਹਾਡੇ ਨਾਲ ਹੈ ਆਪਣਾ ਲਫ਼ਜ਼ ਜਿਹੜਾ ਹੈ ਮੈਂ ਦੇਖੋ ਮੇਰੀ ਪੂਰੀ ਜ਼ਿੰਦਗੀ ਦੀ ਜਿਹੜੀ ਸੇਧ ਹੈ ਮੈਂ ਗੁਰੂ ਨਾਨਕ ਪਾਤਸ਼ਾਹ ਤੋਂ ਬਹੁਤ ਸੇਧ ਲਈ ਹੈ ਉਹਨਾਂ ਦੀ ਜੀਵਨੀ ਪੜ੍ਹਦਾ ਰਿਹਾ ਜੇ ਮੈਂ ਉਹਨਾਂ ਵੱਲ ਦੇਖਦਾ ਸੀ ਵੀ ਉਹ ਆਪਦੇ ਕੰਮ 'ਚ ਐਡੇ ਮਸਤ ਤੇ ਉਹਨਾਂ ਦੀ ਮਾਂ ਪਿਓ ਨਾਲ ਟੱਬਰ ਨਾਲ ਅੰਡਰਸਟੈਂਡਿੰਗ ਬੱਚਿਆਂ ਨਾਲ ਵੀ ਨਹੀਂ ਫਿਰ ਪਿੱਛੋਂ ਬੱਚਿਆਂ ਨਾਲ ਵੀ ਨਹੀਂ ਹੋਈ ਫਿਰ ਜੇ ਮੇਰੇ ਰੈਵਰ ਨਾਲੇ ਕੰਮ ਹੋ ਗਿਆ ਤੇ ਸਾਡੇ ਨਾਲ ਤਾਂ ਹੁਣ ਕੁਦਰਤੀ ਹੈ ਕਿਉਂਕਿ ਹਾਂ ਤਾਂ ਅਸੀਂ ਉੱਥੇ ਥਿਊਰੀ ਦੇ ਫਾਲੋ ਵਾਲਾ ਨਾ ਉਹੀ ਥਿਊਰੀ ਨੂੰ ਫਾਲੋ ਕਰ ਚੱਲ ਰਹੇ ਹਾਂ ਉਹੀ ਥਿਊਰੀ ਅਸੀਂ ਮੰਨ ਰਹੇ ਹਾਂ ਤਾਂ ਰਿਜ਼ਲਟ ਵੀ ਉਹੀ ਆਉਣੇ ਨੇ ਹਾਂ ਜਿਹੜੀ ਆਪਣਾ ਲਫ਼ਜ਼ ਹੈ ਆਪਣੇ ਉਹ ਜਿਹੜੇ ਸਾਥ ਦਿੰਦੇ ਨੇ ਲਗਾਤਾਰ ਨਾਲ ਰਹਿੰਦੇ ਨੇ ਤੇ ਹਰ ਕੰਮ ਦੇ ਵਿੱਚ ਪੂਰੀ ਦੱਬ ਕੇ ਮਿਹਨਤ ਕਰਦੇ ਨੇ ਫਿਰ ਉਹ ਆਪਣੇ ਹੀ ਤਾਂ ਹੋਣਗੇ ਨਾ ਮੈਂ ਉਹਨਾਂ ਨੂੰ ਆਪਣੇ ਜਿਹੜਾ ਬਗਾਨੇ ਵੀ ਕਿੱਦਾਂ ਕਹਿ ਸਕਦਾ ਜੀ ਉਹ ਆਪਣੇ ਨੇ ਬਹੁਤ ਖੂਬਸੂਰਤ ਗੱਲ ਹੈ ਤੁਹਾਡੀ ਕਿ ਉਹ ਆਪਣੇ ਨੇ ਜਿਹੜੇ ਤੁਹਾਡੇ ਨਾਲ 60 ਬੱਚੇ ਤੁਹਾਡੇ ਆਪਣੇ ਹੀ ਨੇ ਜੋ ਤੁਹਾਡੇ ਨਾਲ ਹੈ ਹੀ ਨਹੀਂ ਇਹਦਾ ਮਤਲਬ ਤੁਹਾਡਾ ਆਪਦਾ ਹੈ ਹੀ ਨਹੀਂ ਪੈਦਾ ਕਰ ਦੇਣਾ ਇਹ ਕੋਈ ਸਿੱਧ ਨਹੀਂ ਕਰਦਾ ਹੁੰਦਾ ਤੇਰਾ ਆਪਣਾ ਤੁਹਾਨੂੰ ਸਫ਼ਰ ਤੈਅ ਕਰੇਗਾ ਵੀ ਆਪਣਾ ਕੌਣ ਹੈ ਇਹ ਸਫ਼ਰ ਹੀ ਦੱਸਦਾ ਹੁੰਦਾ ਆਪਣੇ ਆਪ ਏਦਾਂ ਨਹੀਂ ਹੁੰਦਾ ਵੀ ਨਹੀਂ ਨਹੀਂ ਇੱਕ ਸਵਾਲ ਜਾਂਦੇ ਆ ਟ੍ਰੇਨਿੰਗ ਪ੍ਰੋਸੈਸ ਕੀ ਰਹਿੰਦਾ ਹੈਗਾ ਬੱਚਿਆਂ ਦਾ ਜਾਂ ਜਿਵੇਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਬੱਚੇ ਤਾਂ ਬਹੁਤ ਮਜਬੂਰ ਨੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਬੱਚੇ ਕਈ ਵਾਰੀ ਉਹ ਆ ਜਾਂਦੇ ਨੇ ਜਿਹਨਾਂ ਨੇ ਨਹੀਂ ਪੜ੍ਹਨਾ ਹੁੰਦਾ ਹੈਗਾ ਸਿਰਫ ਪੈਸੇ ਜਮ੍ਹਾਂ ਕਰਾਏ ਤੇ ਲਓ ਜੀ 4-5 ਗੇੜੀਆਂ ਹੀ ਲਾਈਆਂ ਤੇ ਉਹ ਬੱਚੇ ਰਹਿ ਜਾਂਦੇ ਨੇ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਪੜ੍ਹਨਾ ਹੁੰਦਾ ਨਹੀਂ ਅਸੀਂ ਇੱਥੇ ਜਿਹੜਾ ਸਾਡਾ ਮਾਹੌਲ ਹੈ ਇੱਕ ਫੌਜੀ ਕੈਂਪ ਵਰਗਾ ਮਾਹੌਲ ਹੈ
ਸਖਤ ਹੋ ਤੁਸੀਂ ਬਹੁਤ ਬਹੁਤ ਜ਼ਿਆਦਾ ਜ਼ੀਰੋ ਟੋਲਰੈਂਸ ਕਹਿ ਲਓ ਵੀ ਕੋਈ ਮਾਰਦੇ ਨਹੀਂ ਉੱਥੇ ਅਸੀਂ ਮਾਰਦੇ ਨਹੀਂ ਰਹਿੰਦੇ ਦੇਖੋ ਅਸੀਂ ਮਾਟੋ ਬਣਾਂਗੇ ਤਾਂ ਪਿੱਛੇ ਬੱਚੇ ਚਾਲ ਚੱਲਣਗੇ ਜਿਹਾ ਜਿਹਾ ਬੱਚਿਆਂ ਨੇ ਖਾਣਾ ਖਾਣਾ ਉਹੋ ਜਿਹਾ ਅਸੀਂ ਖਾਣਾ ਜਿਹਾ ਜਿਹਾ ਉਹਨਾਂ ਨੇ ਰਹਿਣਾ ਤਾਂ ਅਸੀਂ ਵੀ ਰਹਿਣਾ ਜੇ ਮੇਰੇ ਕੋਲ ਏਸੀ ਦੀ ਸਹੂਲਤ ਤਾਂ ਬੱਚਿਆਂ ਕੋਲ ਵੀ ਹੈ ਹਰ ਉਹ ਸਹੂਲਤ ਜੋ ਮੇਰੇ ਕੋਲ ਤਾਂ ਬੱਚਿਆਂ ਕੋਲ ਹੋਣੀ ਚਾਹੀਦੀ ਇਸੇ ਸੰਸਥਾ ਦੇ ਵਿੱਚੋਂ ਨਿਕਲਦਾ ਉਹ ਸਾਰਾ ਪੈਸਾ ਜਿਹੜਾ ਹਾਂ ਅਸੀਂ ਮੈਂ ਤਾਂ ਦੇਖੋ ਗੱਲ ਇਹ ਹੈ ਵੀ ਲਗਜ਼ਰੀ ਜ਼ਿੰਦਗੀ ਮੈਂ ਨਹੀਂ ਜਿਉ ਕੇ ਦੇਖੀ ਨਾ ਮੈਨੂੰ ਕੋਈ ਸ਼ੌਂਕ ਹੈ ਉਹਦਾ ਜੋ ਕੁਛ ਅਸੀਂ ਇੱਥੋਂ ਕਮਾਈ ਕਰਦੇ ਹਾਂ ਉਹ ਇਹਨਾਂ ਬੱਚਿਆਂ 'ਤੇ ਪੈਸਾ ਲੱਗਦਾ ਤੁਰ ਜਾਂਦਾ ਇਹਨਾਂ ਦਾ ਰੋਟੀ ਦਾ ਖਰਚਾ ਹੈ ਰਿਹਾਇਸ਼ ਦਾ ਖਰਚਾ ਹੈ ਕੋਈ ਦਵਾਈ ਬੂਟੀ ਦਾ ਖਰਚਾ ਹੈ ਬਹੁਤ ਗਰੀਬ ਬੱਚੇ ਨੇ ਕਿਸੇ ਨੂੰ ਕੋਈ ਕੱਪੜਾ ਵੀ ਚਾਹੀਦਾ ਜੁੱਤੀ ਜੋੜਾ ਵੀ ਚਾਹੀਦਾ ਲੜਕੀਆਂ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਵੀ ਆਪਦੀਆਂ ਹੋਰ ਨਿੱਜੀ ਜ਼ਰੂਰਤਾਂ ਬੱਚੀਆਂ ਦੀਆਂ ਹੁੰਦੀਆਂ ਨੇ ਉਹ ਸਾਰਾ ਪੈਸਾ ਫਿਰ ਇੱਥੋਂ ਹੀ ਨਿਕਲਦਾ ਸਾਰਾ ਅਤੇ ਬਸ ਸਾਨੂੰ ਚੰਗਾ ਲੱਗਦਾ ਦੇਖੋ ਇੱਕ ਪਾਸੇ ਅਸੀਂ ਦਰਖਤ ਲਾਏ ਨੇ ਇੱਥੋਂ ਕੋਈ ਇਹਨਾਂ 'ਚ ਫਲਦਾਰ ਪੌਦਾ ਨਹੀਂ ਹੈ ਇਹ ਸਾਰੇ ਬਸ ਕੁਦਰਤ ਦੇ ਬਰਸਾਏ ਨੇ ਦੇਖ ਕੇ ਸਾਨੂੰ ਚੰਗਾ ਲੱਗਦਾ ਵੀ ਹਾਏ ਵੱਧ ਗਏ ਦੂਜੇ ਪਾਸੇ ਸਾਡੇ ਉਹ ਪੌਦੇ ਨੇ ਕੰਮ ਸਿੱਖਦੇ ਨੇ ਉਹ ਨੌਕਰੀਆਂ 'ਤੇ ਜਾਂਦੇ ਨੇ ਫਿਰ ਚੰਗਾ ਲੱਗਦਾ ਵੀ ਸ਼ੁਕਰ ਹੈ ਵਾਪਸ ਪਰਤਦੇ ਹਾਂਜੀ ਵਾਪਸ ਆਉਂਦੇ ਤੁਹਾਡੇ ਕੋਲ ਵੀ ਹਾਂ ਮਿਲਦੇ ਨੇ ਪਰ ਟੱਚ 'ਚ ਅੱਜ ਹੁਣ ਤਾਂ ਦੁਨੀਆ ਵੈਸੀ ਜਿਵੇਂ ਕਹਿੰਦੇ ਸਿੱਧੀ ਸਿੱਧੀ ਤਰ੍ਹਾਂ ਗੋਲ ਹੋ ਗਈ ਹਾਂ ਬੱਚੇ ਸੰਪਰਕ 'ਚ ਰਹਿੰਦੇ ਨੇ ਸਾਰੇ ਅਤੇ ਚੰਗਾ ਲੱਗਦਾ ਜਦੋਂ ਆਪਦੀਆਂ ਨੌਕਰੀਆਂ 'ਤੇ ਜਾਂਦੇ ਨੇ ਉਡਾਰੀਆਂ ਮਾਰਦੇ ਨੇ ਵੀ ਚਲੋ ਸਾਡੀ ਮਿਹਨਤ ਜਿਹੜੀ ਸਫਲ ਹੋ ਗਈ ਅੱਛਾ ਲੱਗਦਾ ਇੱਕ ਤੁਸੀਂ ਕਹਿੰਦੇ ਹੋ ਕਿ ਜਿਵੇਂ ਵਿਗਿਆਨ ਦੀ ਆਪਾਂ ਗੱਲ ਕਰਦੇ ਹਾਂ ਵਿਗਿਆਨ ਹੁੰਦੀ ਤਾਂ ਮਨੁੱਖਤਾ ਦੇ ਭਲਾਈ ਦੇ ਲਈ ਹੈ ਪਰ ਨੁਕਸਾਨ ਬਹੁਤ ਹੋ ਜਾਂਦੇ ਨੇ ਦੇਖੋ ਜੀ ਮਨੁੱਖਤਾ ਦੀ ਭਲਾਈ ਹੈ ਪਰ ਕੁਦਰਤ ਦਾ ਨੁਕਸਾਨ ਹੈ ਕੁਦਰਤ ਦਾ ਨੁਕਸਾਨ ਕੁਦਰਤ ਕਿਉਂਕਿ ਤੁਸੀਂ ਜੰਮੂ ਕਟੜਾ ਦੀ ਗੱਲ ਕਰ ਰਹੇ ਸੀਗੇ ਹਾਂਜੀ ਜੰਮੂ ਕਟੜਾ ਰੋਡ ਜਿਹੜੀ ਉਹ ਬਣ ਤਾਂ ਰਹੀ ਹੈ ਲੱਗ ਰਹੀ ਹੈ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਗੱਡੀ ਤੇ ਗੁਜ਼ਰਨਾ ਵੀ ਸਹੂਲਤ ਹੈ ਜੀ ਲੱਗ ਦੇਖੋ ਉਹਨਾਂ ਵਾਸਤੇ ਸਹੂਲਤ ਹੈ ਅਸੀਂ ਇਹ ਵੀ ਨਹੀਂ ਕਹਿੰਦੇ ਉਹ ਨਹੀਂ ਬਣਨੀ ਚਾਹੀਦੀ ਬਣੇ ਪਰ ਉੱਥੇ ਇਹ ਕਿਤੇ ਵੀ ਖਿਆਲ ਨਹੀਂ ਰੱਖਿਆ ਗਿਆ ਵੀ ਇੱਥੇ ਕੁਦਰਤੀ ਜਿਹੜਾ ਵਹਾਓ ਹੈ ਪਾਣੀ ਦਾ ਉਹ ਕਿੱਥੇ ਕਿੱਥੇ ਹੈ ਅਸੀਂ ਤਾਂ ਕੰਧ ਕੱਢਤੀ ਨੁਕਸਾਨ ਕਰੂ 20 ਫੁੱਟ ਉੱਚੀ ਕੰਧ ਹੈ ਉਹ ਤਾਂ ਕੁਦਰਤੀ ਗੱਲ ਹੈ ਪੰਜਾਬ ਇੱਕ ਹੜਾਂ ਦੀ ਧਰਤੀ ਹੈ ਜੇ ਦੇਖਿਆ ਜਾਵੇ ਪੰਜਾਬ ਦਾ ਜਿਹੜਾ ਇਹ ਮੈਦਾਨ ਹੈ ਪੰਜਾਬ ਹਰਿਆਣਾ ਇਹ ਸਾਰਾ ਹੜਾਂ ਨਾਲੇ ਤਾਂ ਬਣਿਆ ਹੋਇਆ ਹੜ ਇੱਥੇ ਆਉਣੇ ਕੁਦਰਤੀ ਨੇ ਆਉਂਦੇ ਵੀ ਰਹਿਣਗੇ ਚਲੋ ਉੱਤੇ ਮੂਹਰੇ ਤੁਸੀਂ ਕੰਧ ਕੱਢਤੀ ਇੱਕ ਵੱਡਾ ਡੈਮ ਹੋਰ ਬਣਾ ਤਾ ਜਿਹੜੇ ਡੈਮ ਦੇ ਅੰਦਰ ਤਾਂ ਡੁੱਬਣਗੇ ਤੇ ਜਿੱਥੋਂ ਉਹਦਾ ਪਾਣੀ ਦਾ ਪਾਸ ਨਿਕਲੂਗਾ ਉੱਥੇ ਧਰਤੀ ਦੀ ਕਟਾਈ ਬੜੀ ਤੇਜ਼ੀ ਨਾਲ ਹੋਊਗੀ ਮੈਂ ਉਹਦੀ ਉਦਾਹਰਨ ਦਿੰਦਾ ਹੁੰਦਾ ਖਨੌਰੀ ਮੰਡੀ ਦੀ ਖਨੌਰੀ ਦੇ ਪਟਿਆਲੇ ਵਾਲੇ ਪਾਸੇ ਪਾਣੀ ਚੜ੍ਹਦਾ ਪਾਣੀ ਤਾਂ ਓਨਾ ਹੀ ਹੈ ਨਾ ਜੀ ਪਾਣੀ ਚੜ੍ਹਦਾ ਇਕੱਠਾ ਹੁੰਦਾ ਰਹਿੰਦਾ ਉੱਪਰ ਸਭ ਕੁਝ ਡੁੱਬ ਜਾਂਦਾ ਹੌਲੀ ਹੌਲੀ ਉੱਤਰ ਜਾਂਦਾ ਪਰ ਜਦੋਂ ਭਾਖੜਾ ਦੇ ਹੇਠੋਂ ਦੀ ਪਾਣੀ ਨਿਕਲਦਾ ਸਾਈਫਨ ਘੱਗਰ ਦਾ ਤਾਂ ਕਿਉਂਕਿ ਉੱਥੇ ਪਾਣੀ ਨੂੰ ਰਸਤਾ ਬਹੁਤ ਥੋੜ੍ਹਾ ਜਿਹਾ ਉੱਥੋਂ ਪਾਣੀ ਫਿਰ ਉਹ ਸਪੀਡ ਫੜਦਾ ਇੰਨੀ ਸਪੀਡ ਹੁੰਦੀ ਹੈ ਵੀ ਉਹ ਘੱਟੋ ਘੱਟ 50-60 ਕਿਲੋਮੀਟਰ ਤੱਕ ਜਿਹੜੀ ਮਿੱਟੀ ਹੈ ਵੱਢਦੇ ਹੀ ਤੁਰਿਆ ਜਾਂਦਾ ਕਿਉਂਕਿ ਪਾਣੀ 'ਚ ਤੇਜ਼ੀ ਬਹੁਤ ਹੁੰਦੀ ਹੈ ਤੇਜ਼ ਹੋਇਆ ਪਾਣੀ ਬਹੁਤ ਮਾਰ ਕਰਦਾ ਮੈਂ ਵਿਗਿਆਨ ਦੇ ਵਿੱਚ ਕੰਮ ਕਰਦੇ ਹਾਂ ਦੋਸਤੋ ਮੈਂ ਇੱਕ ਗੱਲ ਦੱਸਦਾ ਵੀ ਪਾਣੀ ਜਿਹੜਾ ਹੈ ਜਦੋਂ ਅਸੀਂ ਪ੍ਰੈਸ਼ਰ 'ਤੇ ਦੇ ਦਿੰਦੇ ਹਾਂ ਸਾਡੀਆਂ ਪਲਾਜ਼ਮਾ ਮਸ਼ੀਨਾਂ ਆਉਂਦੀਆਂ ਨੇ ਜਿਹੜੀਆਂ ਐਡੇ ਐਡੇ ਮੋਟੇ ਲੋਹੇ ਨੂੰ ਵੀ ਵੱਢਦੀਆਂ ਤੁਰੀਆਂ ਜਾਂਦੀਆਂ ਨੇ ਪਾਣੀ ਹੀ ਵੱਢਦਾ ਤੁਰਿਆ ਜਾਂਦਾ ਪਾਣੀ ਦਾ ਪ੍ਰੈਸ਼ਰ ਇੰਨਾ ਹੁੰਦਾ ਅਤੇ ਜੇ ਪਾਣੀ ਲੋਹਾ ਵੱਢ ਸਕਦਾ ਫਿਰ ਉੱਥੇ ਕੀ ਹੋਗਾ ਤਾਂ ਬੈਠੀ ਜੀ ਹਾਂ ਅਤੇ ਇਹ ਜਾਣੀ ਕਿ ਪਤਾ ਨਹੀਂ ਕੀ ਸੋਚ ਕੇ ਇਹੋ ਜਿਹੇ ਕੰਮ ਹੋ ਰਹੇ ਨੇ
ਇਹ ਜਿਹੜੀ ਰੋਡ ਹੈ ਐਲੀਵੇਟਡ ਹੋ ਸਕਦੀ ਹੈ ਜਿੰਨਾ ਏਰੀਆ ਮਤਲਬ ਫਲੱਡ ਦਾ ਏਰੀਆ, ਫਲੱਡ ਕੈਚਮੈਂਟ ਏਰੀਆ ਉਹਦਾ ਦਰਿਆ ਦਾ ਜੀ, ਇਹਨਾਂ ਨੇ ਸਿੱਧੀ ਸਿੱਧੀ ਮਿੱਟੀ ਪਾ ਪਾ ਕੰਧ ਕੱਢਣੀ ਸ਼ੁਰੂ ਕਰਤੀ, ਕੰਧ ਕੱਢਤੀ, ਹੁਣ ਜਿਹਨੇ ਡੁੱਬੂਗਾ ਉਹਦੇ ਦੇਖੀ ਜਾਓ ਵੀ ਕੀ ਬਣੇਗੀ। ਇਹ ਤਾਂ ਕੁਦਰਤ ਨਾਲ ਛੇੜਛਾੜ ਲੋੜ ਤੋਂ ਵੱਧ ਹੈ, ਛੇੜਛਾੜ ਤਾਂ ਕਰੋ ਪਰ ਉਹਦਾ ਢਾਂਚਾ ਨਾ ਵਿਗਾੜੋ, ਸਹੂਲਤਾਂ ਪੈਦਾ ਕਰ ਲਓ। ਜਿਵੇਂ ਹੁਣ ਮਜ਼ਦੂਰ ਫਸੇ ਤੇ ਆਸਟ੍ਰੇਲੀਆ ਤੋਂ ਬਣਾਉਣਾ ਪਿਆ ਬੰਦਾ, ਹਾਂ ਉਹ ਦੇਖੋ ਉਹਦੇ ਬਾਰੇ ਵੀ ਕੁਛ ਨਾ ਕੁਛ ਮੈਂ ਕੋਈ ਪਹਾੜ ਜਾਂ ਸੁਰੰਗ ਦਾ ਕੋਈ ਐਕਸਪਰਟ ਤਾਂ ਕੀ, ਮੈਂ ਤਾਂ ਇੰਨੀ ਕੁ ਵੀ ਜਾਣਕਾਰ ਨਹੀਂ ਹਾਂ, ਪਰ ਜਿੰਨੀ ਕੁ ਪੜ੍ਹ ਰਿਹਾ ਉੱਥੇ ਇਹੀ ਦੱਸਿਆ ਰਿਹਾ ਵੀ ਇਹ ਜਿਹੜੀਆਂ ਪਹਾੜੀਆਂ ਨੇ ਸੁਰੰਗਾਂ ਬਣਾਉਣ ਦੇ ਕਾਬਿਲ ਨਹੀਂ ਹੈਗੀ, ਤੇ ਪਰ ਅੰਨੇ ਜਿੱਥੇ ਆ ਹੁਣ ਕੌਣ ਕਹੇ ਰਾਣੀ ਅੱਗਾ ਢੱਕ, ਇਹ ਰੋਕਣ ਵਾਲੇ ਹੈ ਨਹੀਂ, ਇਹਨਾਂ ਨੂੰ ਇਹਨਾਂ ਦਾ ਕੰਮ ਮੁਬਾਰਕ ਦੇਖੀ ਜਾਊ ਜਿਹੜਾ ਨੁਕਸਾਨ ਹੋਊਗਾ, ਹੁਣ ਤਾਂ ਇਹੀ ਕਹਿ ਸਕਦੇ ਹਾਂ, ਕਿਉਂਕਿ ਦੇਖੀ ਜਾਊ ਅਸੀਂ ਉੱਥੇ ਕਹਿ ਸਕਦੇ ਜਿੱਥੇ ਅਸੀਂ ਅਪਾਹਜ ਹੋ ਜਾਂਦੇ ਵੀ ਸਾਡੇ ਕੋਲ ਕੋਈ ਹੋਰ ਹੀਲਾ ਹੈ ਨਹੀਂ। ਇਹ ਤਾਂ ਸਰਕਾਰਾਂ ਪਤਾ ਨਹੀਂ ਕੀ ਸੋਚ ਕੇ ਕਰ ਰਹੀਆਂ ਨੇ ਜੀ। ਮੁੱਖ ਮੰਤਰੀ ਪੰਜਾਬ ਕਦੇ ਆਏ ਨੇ, ਉਹਨਾਂ ਦਾ ਆਪਣਾ ਹਲਕਾ ਸੀਗਾ ਤੁਹਾਡੇ ਕੋਲ? ਹਾਂ, ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਕਾ ਧੂਰੀ ਮੇਰਾ, ਤੇ ਇਹ ਜਿਹੜਾ ਮੇਰਾ ਪਿੰਡ ਹੈ ਕੱਕੜਵਾਲ, ਪਹਿਲੇ ਪਿੰਡ ਹੈ ਇਹਦਾ, ਤੇ ਉਹ ਆਏ ਨੇ ਇੱਥੇ ਦੋ ਵਾਰੀ ਆਏ ਨੇ ਜਦੋਂ ਐਮ ਪੀ ਤੇ, ਹੁਣ ਨੀ ਹੁਣ ਨੀ ਸੋਚਿਆ ਵੀ ਇਸ ਪਿੰਡ ਦੇ ਵਿੱਚ ਐਡਾ ਵੱਡਾ ਉੱਦਮ ਹੋ ਰਿਹਾ, ਕੰਮ ਹੋ ਰਿਹਾ ਤੇ ਧਿਆਨ ਦੇਣਾ ਲਾਜ਼ਮੀ। ਦੇਖੋ ਇਹਨਾਂ ਤੋਂ ਆਪਦੇ ਧੰਦੇ ਨਹੀਂ ਠੀਕ ਆਉਂਦੇ, ਇਹਨਾਂ ਦੇ ਆਪਣੇ ਰੁਝੇਵੇਂ ਨੇ, ਸਾਡਾ ਰੁਝੇਵਾਂ ਤਾਂ ਇਹਨਾਂ ਮੂਹਰੇ ਕੁਛ ਵੀ ਨਹੀਂ ਹੈਗਾ। ਚਲੋ ਕੋਈ ਗੱਲ ਨੀ, ਜਿਉਂਦੇ ਵੱਸਦੇ ਰਹਿਣ ਉਹ ਜਿੱਥੇ ਵੀ ਹੈਗੇ ਨੇ, ਅਸੀਂ ਤਾਂ ਇੱਕ ਚਾਹੁੰਦੇ ਵੀ ਉਹ ਪਬਲਿਕ ਦੀ ਭਲਾਈ ਲਈ ਕੰਮ ਕਰਨ, ਇੱਥੇ ਆ ਕੇ ਵੀ ਕੀ ਫਰਕ ਪੈਂਦਾ ਹੈ ਜੀ। ਪੰਜਾਬੀ 'ਚ ਇੱਕ ਕਹਾਵਤ ਕਹਿੰਦੇ ਨੇ ਵੀ ਜਿਹਨੂੰ ਬੈਠਾ ਨਹੀਂ ਦਿਖਣ ਨੂੰ ਖੜਾ ਖੜਾ ਜ਼ਿਆਦਾ ਦਿਖੂਗਾ, ਇੱਥੇ ਆਏ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਅਸੀਂ ਇਹੀ ਕਾਮਨਾ ਕਰਦੇ ਵੀ ਚਲੋ ਸਾਡੇ ਲੁਕਾਈ ਵਾਸਤੇ, ਲੋਕਾਂ ਵਾਸਤੇ, ਬੱਚਿਆਂ ਵਾਸਤੇ ਜੀ, ਉਹ ਜਿੱਥੇ ਵੀ ਰਹਿਣ ਆਪਦਾ ਕੰਮ ਕਰਦੇ ਰਹਿਣ, ਅਸੀਂ ਤਦ ਵੀ ਖੁਸ਼ ਹਾਂ ਜੀ। ਇਹ ਜ਼ਰੂਰੀ ਨਹੀਂ ਹੈ ਵੀ ਉਹ ਇੱਥੇ ਆਉਣ, ਅਸੀਂ ਤਾਂ ਹੀ ਖੁਸ਼ ਹੋਵਾਂਗੇ, ਨਹੀਂ ਜੀ ਕੋਈ ਗੱਲ ਨਹੀਂ। ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ। ਬੜਾ ਮਿਹਰਬਾਨੀ। ਲਓ ਜੀ, ਦਿਲਦਾਰ ਬੰਦੇ ਦੇ ਵਿੱਚ ਅੱਜ ਸਾਡੇ ਨਾਲ ਸਨ ਜੈ ਸਿੰਘ ਕੱਕੜਵਾਲ ਪਿੰਡ ਤੋਂ। ਕੱਕੜਵਾਲ ਪਿੰਡ ਦੇ ਵਿੱਚ ਜ਼ਰੂਰ ਵਿਜ਼ਿਟ ਕਰਿਓ, ਬੱਚਿਆਂ ਨੂੰ ਲੈ ਕੇ ਆਓ, ਕਦੇ ਫੈਮਿਲੀ ਦੇ ਤੌਰ 'ਤੇ ਵੀ ਆਇਓ। ਬਹੁਤ ਮੁਹੱਬਤੀ ਬੰਦੇ ਨੇ, ਬਹੁਤ ਦਿਲਦਾਰ ਬੰਦੇ ਨੇ। ਇਸ ਸੰਸਥਾ ਦੇ ਵਿੱਚ ਕਿਵੇਂ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਪੰਜਾਬੀ ਦੇ ਵਿੱਚ, ਅਤੇ ਪੰਜਾਬੀ ਦਾ ਕਿੰਨਾ ਸਤਿਕਾਰ ਕੀਤਾ ਜਾਂਦਾ ਹੈ, ਕੁਦਰਤ ਦਾ ਕਿੰਨਾ ਸਤਿਕਾਰ ਕੀਤਾ ਜਾਂਦਾ, ਅਤੇ ਪੰਛੀਆਂ ਦੇ ਨਾਲ ਕਿੰਨਾ ਪਿਆਰ ਹੈ, ਇਹ ਜ਼ਰੂਰ ਦੇਖ ਕੇ ਜਾਓ। ਦੇਖਦੇ ਰਹੋ ਸਾਡਾ ਪ੍ਰੋਗਰਾਮ ਦਿਲਦਾਰ ਬੰਦੇ, ਹੈਪੀ ਭਗਤਾ ਅਤੇ ਕੈਮਰਾਮੈਨ ਗੁਰਮਿੰਦਰ ਦੇ ਨਾਲ।